ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਤੁਹਾਡੇ ਨਾਲ ਮੀਤ ਔਰ ਮੇਰੇ ਨਾਲ ਮੌਜੂਦ ਹੈ ਮੇਰੀ ਕੋ ਹੋਸਟ ਤਾਨੀਆ। ਔਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹ ਜਿਨ੍ਹਾਂ ਨੇ ਆਪਣੇ ਸ਼ਹਿਰ ਦਾ, ਆਪਣੇ ਪੰਜਾਬ ਦਾ, ਆਪਣੇ ਹਰਿਆਣੇ ਦਾ ਜਾਂ ਕਹੀਏ ਆਪਣੇ ਪੂਰੇ ਇੰਡੀਆ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ, ਜਿਨ੍ਹਾਂ ਦੇ ਉੱਪਰ ਬਾਇਓਪਿਕ ਵੀ ਬਣ ਚੁੱਕੀ ਹੈ, ਜੋ ਰਹਿ ਚੁੱਕੇ ਨੇ ਹਾਕੀ ਦੇ ਕਿੰਗ, ਯਾਨੀ ਕਿ ਸਾਡੇ ਨਾਲ ਮੌਜੂਦ ਨੇ ਫਲਿਕਰ ਸਿੰਘ ਉਰਫ ਨਾਲ ਦੇ ਨਾਲ ਸੰਦੀਪ ਸਿੰਘ। ਤੁਹਾਡਾ ਵੈਲਕਮ ਹੈ ਜੀ। ਨਾਲ ਦੇ ਨਾਲ ਤੁਹਾਡੇ ਬ੍ਰਦਰ ਦਾ ਵੈਲਕਮ ਹੈ। ਥੈਂਕ ਯੂ। ਸੋ ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੁਹਾਡੇ ਬਚਪਨ ਦੀ। ਅੱਜ ਅਸੀਂ ਸ਼ੁਰੂਆਤ ਕਰਾਂਗੇ ਤੁਹਾਡੇ ਚਾਈਲਡਹੁੱਡ ਤੋਂ। ਠੀਕ ਹੈ। ਤਾਂ ਬਚਪਨ ਤੁਹਾਡਾ ਕਿੱਦਾਂ ਦਾ ਰਿਹਾ? ਜ਼ਿਆਦਾ ਨੋਟੀ ਨਹੀਂ ਸੀ ਮੈਂ, ਬੜਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਮੋਮਸ ਬੋਏ, ਅਤੇ ਉੱਦਾਂ ਦਾ ਸੀ ਮੈਂ ਜ਼ਿਆਦਾ, ਮਤਲਬ ਮੰਮੀ ਦਾ ਜਿਹਨੂੰ ਆਪਾਂ ਪੰਜਾਬੀ 'ਚ ਵੀ ਕਹਿੰਦੇ ਪਹੁੰਚਾ। ਬਟ ਇਹ ਸੀ ਕਿ ਘਰੋਂ ਬਾਹਰ ਨਹੀਂ ਨਿਕਲਣਾ, ਘਰ ਰਹਿਣਾ, ਮੋਮ ਦੇ ਆਲੇ ਦੁਆਲੇ ਘੁੰਮਦੇ ਰਹਿਣਾ, ਜੇ ਉਹਨਾਂ ਨੇ ਕਿਚਨ 'ਚ ਚਲ ਜਾਣਾ ਤਾਂ ਕਿਚਨ 'ਚ ਉਹਨਾਂ ਦੇ ਕੋਲ ਜਾ ਕੇ ਬਹਿ ਜਾਣਾ, ਜੇ ਉਹਨਾਂ ਨੇ ਆ ਕੇ ਰੂਮ 'ਚ ਬਹਿਣਾ ਜਾਂ ਹਾਲ 'ਚ ਬਹਿਣਾ ਤਾਂ ਉਹਨਾਂ ਦੇ ਨਾਲ ਬੈਠੇ ਰਹਿਣਾ। ਸੋ ਉੱਦਾਂ ਦਾ ਸੀ, ਮੈਂ ਘਰੋਂ ਬਾਹਰ ਨਹੀਂ ਜਾਂਦਾ ਸੀ, ਕਦੀ ਖੇਡਣ ਨਹੀਂ ਜਾਂਦਾ ਸੀ, ਅਤੇ ਮੇਰੇ ਮੋਮ ਮੈਨੂੰ ਜਾਣ ਕੇ ਕਹਿੰਦੇ ਸੀ ਚੱਲ ਕੋਈ ਨਹੀਂ ਹੁਣ ਗੁਆਂਢੀਆਂ ਦੇ ਮੁੰਡਿਆਂ ਨਾਲ ਖੇਡ ਲਾ ਜਾਂ ਇਹਨਾਂ ਗੁਆਂਢੀਆਂ ਨਾਲ ਖੇਡ ਲਾ। ਸੋ ਉਦੋਂ ਇੱਦਾਂ ਦਾ ਸੀ। ਬਟ ਜਦੋਂ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ, ਭਾਅ ਜੀ ਪਹਿਲਾਂ ਹਾਕੀ ਖੇਡਦੇ ਸੀ, ਇਹਨਾਂ ਨੂੰ ਦੇਖ ਕੇ ਜਦੋਂ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਇੱਦਾਂ ਹੁੰਦਾ ਸੀ ਪਹਿਲਾਂ ਕਿ ਘਰ ਦੇ ਵਿੱਚ ਭਾਅ ਜੀ ਜਦੋਂ ਹਾਕੀ ਖੇਡਦੇ ਸੀ ਤਾਂ ਮੈਨੂੰ ਹੁੰਦਾ ਸੀ ਕਿ ਇਹਨਾਂ ਨੂੰ ਹਾਕੀ ਮਿਲ ਰਹੀ ਆ, ਇਹਨਾਂ ਨੂੰ ਸ਼ੂਜ਼ ਮਿਲ ਰਹੇ ਆ, ਇਹਨਾਂ ਨੂੰ ਨਿੱਕਰਾਂ ਮਿਲ ਰਹੀਆਂ ਨੇ, ਅਤੇ ਮੈਨੂੰ ਵੀ ਉਹ ਸਮਾਨ ਮਿਲੇ। ਬਟ ਉਹ ਚੀਜ਼ਾਂ ਦੇਖਦੇ ਦੇਖਦੇ ਫਿਰ ਮੈਂ ਵੀ ਹਾਕੀ ਖੇਡਣੀ ਸ਼ੁਰੂ ਕੀਤੀ, ਕਿਉਂਕਿ ਘਰਦੇ ਕਹਿੰਦੇ ਸੀ ਜੇ ਤੂੰ ਹਾਕੀ ਲੈਣੀ ਆ ਜਾਂ ਟਰੈਕ ਸੂਟ ਲੈਣਾ, ਕੁਛ ਚੀਜ਼ ਲੈਣੀ ਆ, ਕੋਈ ਵੀ ਕੋਈ ਇਕਿਪਮੈਂਟ ਹੁੰਦਾ ਹਾਕੀ ਦਾ ਜਾਂ ਗੇਅਰ ਆ ਕੋਈ ਵੀ, ਤੂੰ ਲੈਣਾ ਤਾਂ ਤੈਨੂੰ ਹਾਕੀ ਖੇਡਣੀ ਪੈਣੀ। ਸੋ ਉਸ ਚੀਜ਼ ਦੇ ਚੱਕਰ 'ਚ ਫਿਰ ਹਾਕੀ ਖੇਡਣੀ। ਤੁਸੀਂ ਵੀ ਸੇਮ ਸੀ ਜਾਂ ਆਪੋਜ਼ਿਟ? ਮੈਂ ਇਸ ਤੋਂ ਬਿਲਕੁਲ ਆਪੋਜ਼ਿਟ ਸੀ। ਮੈਂ ਬਹੁਤ ਸ਼ਰਾਰਤੀ ਸੀ, ਇਹਦੀ ਜਿਹੜੀ ਗਲਤੀਆਂ ਵੀ ਹੁੰਦਾ ਸੀ ਉਹ ਵੀ ਮੈਂ ਆਪਣੇ 'ਤੇ ਲੈ ਲੈਂਦਾ ਸੀ। ਮੈਨੂੰ ਕਹਿੰਦਾ ਸੀ ਬੜਾ ਇਹ ਬੜਾ ਪਿਆਰਾ ਜਿਹਾ ਬੱਚਾ ਸੀ, ਅਤੇ ਬਹੁਤ ਜ਼ਿਆਦਾ ਜਿਵੇਂ ਦੱਸਿਆ ਮੰਮਾ ਸਬਾਏ, ਅਤੇ ਬਹੁਤ ਸ਼ਰੀਫ ਸੀ, ਅਤੇ ਜਦੋਂ ਇਹਨੂੰ ਲੈ ਕੇ ਵੀ ਗਰਾਊਂਡ 'ਚ ਵੀ ਲੈ ਕੇ ਸ਼ੁਰੂ ਜਾਣਾ ਸ਼ੁਰੂ ਕੀਤਾ ਤਾਂ ਕਈ ਵਾਰ ਰੋ ਪੈਂਦਾ ਸੀ ਕਿ ਨਹੀਂ ਮੰਮੀ ਨੂੰ ਯਾਦ ਆਉਂਦੀ ਹੈ, ਮੰਮੀ ਕੋਲ ਜਾਣਾ, ਟੂਰਨਾਮੈਂਟ 'ਚ ਇਕੱਠੇ ਖੇਡਣ ਜਾਂਦੇ ਰਹੇ ਸੀ। ਪਰ ਇਹ ਆ ਕਿ ਵਿਲ ਪਾਵਰ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਸਟਰੋਂਗ ਸੀ, ਇਹਦੇ 'ਚ ਜਾਨ ਬਹੁਤ ਸੀ, ਇੱਕ ਬਚਪਨ ਤੋਂ ਮੈਂ ਨਾ ਬੱਚੇ 'ਚ ਬਹੁਤ ਜਾਨ ਆ, ਇਹ ਬਹੁਤ ਵਿਲ ਪਾਵਰ ਅਤੇ ਸਟਰੋਂਗ ਪਰਸਨ ਸੀ। ਮੰਮਾ ਸਬਾਏ ਤਾਂ ਇੱਕ ਅਲੱਗ ਗੱਲ ਆ, ਪਰ ਇੱਕ ਗਰਾਊਂਡ 'ਚ ਜਾ ਕੇ ਖੁੰਦਕ ਹੁੰਦੀ ਜਿਹੜੀ, ਉਹ ਇਹਦੇ 'ਚ ਬਚਪਨ ਤੋਂ ਹੀ ਸੀ ਜੀ ਬਹੁਤ ਜ਼ਿਆਦਾ। ਜੇਕਰ ਗੱਲ ਕਰੀਏ ਕਿ ਤੁਸੀਂ ਕਿਹਾ ਕਿ ਮੰਮਾ ਸਬਾਏ ਰਹੇ ਨੇ, ਕੋਈ ਐਸੀ ਸ਼ਰਾਰਤ ਕਰਦੇ ਸੀ ਜਿਹਦੇ ਕਰਕੇ ਡਾਂਟ ਪੈ ਜਾਂਦੀ ਸੀ ਇਹਨਾਂ ਨੂੰ ਤੁਹਾਡੇ ਤੋਂ ਹੀ, ਏਦਾਂ ਨਾ ਕਰ ਮੈਂ ਘਰ ਦੱਸ ਦੇਣਾ ਜਾਂ ਮੈਂ ਤੈਨੂੰ ਨਾਂ ਨਹੀਂ ਲੈ ਗਿਆ? ਨਹੀਂ, ਇਹ ਆਪੋਜ਼ਿਟ ਸੀ ਵੈਸੇ ਨਾ, ਪਰ ਫਿਰ ਵੀ ਕੋਈ ਐਸੀ ਗੱਲ, ਇਹ ਸ਼ਰਾਰਤ ਕਰਕੇ ਛੁੱਪ ਜਾਂਦਾ ਸੀ ਮੰਮਾ ਸਬਾਏ ਦਾ ਸੀ, ਪਰ ਸ਼ਰਾਰਤ ਕਰਕੇ ਗਾਲਾਂ ਮੈਨੂੰ ਪਵਾ ਦਿੰਦਾ ਸੀ। ਸੋ ਜੇਕਰ ਗੱਲ ਕਰੀਏ ਕਿ ਹਾਕੀ ਦਾ, ਇਹਨਾਂ ਨੇ ਦੱਸਿਆ ਕਿ ਤੁਹਾਡੇ ਤੋਂ ਦੇਖ ਕੇ ਇਨਫਲੂਐਂਸ ਹੋਏ ਮੈਂ ਖੇਡਣਾ, ਸੋ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ ਕਿਸ ਉਮਰ ਦੇ ਵਿੱਚ ਚਾਹ ਪੈ ਗਿਆ ਸੀਗਾ ਕਿ ਮੈਂ ਹੁਣ ਹਾਕੀ ਦੇ ਵਿੱਚ ਅੱਗੇ ਵਧਣਾ, ਮੈਂ ਹੋਰ ਕੁਝ ਨਹੀਂ ਕਰਨਾ, ਇਸ ਦੇ ਵਿੱਚ ਹੀ ਕਰੀਅਰ ਬਿਲਡ ਕਰਨਾ? ਮੈਂ 6th ਸਟੈਂਡਰਡ 'ਚ ਸੀ, 6ਵੀਂ ਕਲਾਸ 'ਚ ਸੀ ਉਦੋਂ, ਅਤੇ ਉਦੋਂ ਤੋਂ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ ਹੈ। ਸੋ ਉਦੋਂ ਇੱਦਾਂ ਹੁੰਦਾ ਸੀ ਕਿ ਸਕੂਲ ਦੇ ਵਿੱਚ ਜਿਹੜਾ ਹਾਕੀ ਖੇਡੇਗਾ ਉਹਨੂੰ ਪ੍ਰੇਅਰ ਮਾਫ ਹੁੰਦੀ ਆ, ਉਹਨੂੰ ਮਤਲਬ ਅੱਧੀ ਛੁੱਟੀ ਤੋਂ ਬਾਅਦ ਜੇ ਉਹਨੇ ਗੇਮ ਕਰਨੀ ਆ ਤੇ ਉਹਨੂੰ 2 ਪੀਰੀਅਡ ਪਹਿਲਾਂ ਛੱਡ ਦਿੱਤਾ ਜਾਂਦਾ ਸੀ। ਸੋ ਇੱਦਾਂ ਦੀਆਂ ਚੀਜ਼ਾਂ ਨਾ ਕਾਫੀ ਸਹੂਲਤਾਂ ਹੁੰਦੀਆਂ ਸੀ, ਤੇ ਮੈਂ ਉਸ ਚੱਕਰ ਦੇ ਵਿੱਚ ਇਹ ਸੀ ਕਿ ਚਲੋ ਯਾਰ ਹਾਕੀ ਤਾਂ ਖੇਡਦੇ ਹੀ ਹਾਂ, ਸਮਾਨ ਵੀ ਨਵਾਂ ਮਿਲੂਗਾ, ਸਕੂਲ ਤੋਂ ਪੜ੍ਹਨ ਨੂੰ ਵੀ ਛੁੱਟੂਗਾ। ਸੋ ਉਹ ਚੀਜ਼ 3-4 ਚੀਜ਼ਾਂ ਕੰਬਾਈਨ ਹੋ ਕੇ ਮੈਨੂੰ ਮੇਰੇ ਦਿਮਾਗ 'ਚ ਚੱਲਦੀਆਂ ਸੀ ਕਿ ਯਾਰ ਹਾਕੀ ਖੇਡੀਏ। ਦੈਨ ਜਦੋਂ ਹਾਕੀ ਇੱਕ ਵਾਰੀ ਫੜ ਲਈ, ਬ੍ਰਦਰ ਭਾਅ ਜੀ ਹੁਣੀ ਜਦੋਂ ਨੈਸ਼ਨਲ ਕੈਂਪ 'ਚ ਆਏ, ਨੈਸ਼ਨਲ ਟੀਮ 'ਚ ਵੀ ਆਏ, ਤਾਂ ਉਦੋਂ ਇੱਦਾਂ ਹੁੰਦਾ ਸੀ ਕਿ ਯਾਰ ਵੀ ਖੇਡੀਏ, ਕੁਛ ਡਿਫਰੈਂਟ ਕਰਕੇ ਦਈਏ, ਕਿਉਂਕਿ ਬ੍ਰਦਰ ਹੁਣਾਂ ਦਾ ਨਾਮ ਸ਼ਾਹਬਾਦ ਦੇ ਵਿੱਚ ਕਾਫੀ ਆ, ਤੇ ਮੈਂ ਵੀ ਕੁਛ ਕਰਾਂ ਕਿ ਸ਼ਾਇਦ ਮੇਰਾ ਵੀ ਨਾਮ ਕੁਛ ਇਦਾਂ ਦਾ ਹੋ ਜਾਏ। ਮਤਲਬ ਵੈਸੇ ਕਹਿੰਦੇ ਕਿ ਲਾਲਚ ਬੁਰੀ ਵਾਲਾ, ਪਰ ਇਹ ਲਾਲਚ ਤੁਹਾਨੂੰ ਬਹਿ ਗਿਆ ਕਿ ਮੈਨੂੰ ਇਹ ਚੀਜ਼ਾਂ ਤੋਂ ਛੋਟ ਮਿਲੇ, ਚੰਗਾ ਲਾਲਚ ਹੋਵੇ ਤਾਂ ਚੰਗਾ ਹੁੰਦਾ ਜੀ। ਓਕੇ, ਸੋ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਸੀ? ਅਸੀਂ 93 'ਚ ਪਟਿਆਲਾ 'ਚ ਫਲੱਡ ਆਇਆ ਸੀ ਜੀ, ਉਸ ਫਲੱਡ 'ਚ ਬਹੁਤ ਸਾਡਾ ਸਾਰਾ ਕੁਛ ਖਤਮ ਹੋ ਗਿਆ ਸੀ, ਅਤੇ ਮੇਰੇ ਤਾਇਆ ਜੀ ਉਹ ਸਾਨੂੰ ਸ਼ਾਹਬਾਦ ਲੈ ਆਏ ਸੀ, ਅਤੇ ਜਿਹੜੇ ਮੇਰੇ ਤਾਈ ਜੀ ਸੀ ਨਾ ਉਹ ਟੀਚਰ ਸੀ ਜਿਸ ਸਕੂਲ 'ਚ ਹਾਕੀ ਖਿਡਾਉਂਦੇ ਸੀ, ਅਤੇ ਉਸ ਸਕੂਲ 'ਚ ਮੈਂ ਕਿਹਾ ਮੈਂ ਵੀ ਖੇਡਣੀ ਆ, ਉਹ ਕਹਿੰਦੇ ਜੀ ਤੁਸੀਂ ਖੇਡਣੀ ਆ ਅਤੇ ਤੁਸੀਂ ਇੱਥੇ ਐਡਮਿਸ਼ਨ ਲਓ ਖਾਲਸਾ ਸਕੂਲ। ਮੈਂ ਘਰ ਲੜ ਪਿਆ, ਮੈਂ ਜੀ ਮੈਂ ਤਾਂ ਖੇਡਣੀ ਆ, ਉਹ ਕਹਿੰਦੇ ਫਿਰ ਇੱਥੇ ਹੀ ਰਹਿ, ਘਰ ਦੇ ਵਾਪਸ ਪਟਿਆਲੇ ਚਲੇ ਗਏ। ਮੈਂ 6 ਮਹੀਨੇ ਆਪਣੇ ਤਾਇਆ ਤਾਈ ਕੋਲ ਰਿਹਾ, ਫਿਰ ਡੈਡੀ ਮੰਮੀ ਦਾ ਜੀਣ ਲੱਗਿਆ, ਫਿਰ ਉਹ ਵੀ ਆ ਗਏ, ਫਿਰ ਉਸ ਤੋਂ ਬਾਅਦ ਫਿਰ ਉਹ ਬਣਦਾ ਰਿਹਾ ਸਮਾਂ, ਫਿਰ ਅਸੀਂ ਮੈਂ ਤਾਂ ਹਾਕੀ ਦੋਵਾਂ ਭਰਾਵਾਂ ਨੇ ਛੱਡੀ ਨਹੀਂ, ਫਿਰ ਅੱਜ ਹਾਕੀ ਦੇ ਨਾਲ ਅਸੀਂ ਇੱਥੇ ਆਉਣ 'ਚ ਜੀ। ਅਤੇ ਜੇ ਗੱਲ ਕਰੀਏ ਫਸਟ ਕੋਚ ਦੀ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਸ ਰਸਤੇ 'ਤੇ ਗਏ, ਉਹ ਕੌਣ ਸੀ? ਸਾਡਾ ਫਸਟ ਕੋਚ ਬਲਦੇਵ ਸਿੰਘ ਸੀ ਜੀ। ਅੱਛਾ, ਅਤੇ ਉਹਨਾਂ ਨੇ ਤੁਹਾਨੂੰ ਸਾਰਾ ਗਾਈਡੈਂਸ ਦਿੱਤੀ ਆ? ਹਾਂਜੀ, ਸ਼ਾਹਬਾਦ ਦੇ ਸ਼ਾਹਬਾਦ 'ਚ ਕੋਚ ਇੱਕੋ ਹੀ ਸੀ, ਬਲਦੇਵ ਕੋਚ ਹੀ ਸੀ ਜੀ, ਜੋ ਸਰਕਾਰੀ ਕੋਚ ਸੀ, ਉਹਨਾਂ ਕੋਲ ਹੀ ਅਸੀਂ ਜਿਹੜਾ ਬੇਸ ਸ਼ੁਰੂ ਕੀਤਾ ਸੀ ਜੀ। ਸੋ ਵੈਸੇ ਮਾਰਗ ਦਰਸ਼ਕ ਉਹਨਾਂ ਤੋਂ ਇਲਾਵਾ
ਸੰਦੀਪ ਦਾ ਕੋਚ ਪਟਿਆਲੇ ਸੀ ਜੀ, ਗਿੱਲ ਕੋਚ ਸੀ ਜੀ, ਅਤੇ ਇੱਕ ਹਰਿੰਦਰ ਕੋਚ ਹੈ ਜੀ, ਜਿਨ੍ਹਾਂ ਨੇ ਸੰਦੀਪ ਨੂੰ ਇੰਟਰਨੈਸ਼ਨਲ ਲੈਵਲ 'ਤੇ ਇਹਦੀ ਜਿਹੜੀ ਡਰੈਗ ਫਲਿੱਕ ਦੀ ਜਿਹੜੀ ਚੇਂਜਿੰਗ ਲਿਆਏ ਨੇ ਮੇਨ, ਔਰ ਜਿਹੜੀ ਇਹਦੀ ਤੁਸੀਂ ਮੂਵੀ 'ਚ ਵੀ ਵੇਖਿਆ ਹੋਣਾ, ਜਿਹੜੀ ਇਹਦੀ ਟੈਗਲਿੰਗ ਦੀ ਚੇਂਜਿੰਗ ਲਏ ਨੇ ਉਹ ਹਰਿੰਦਰ ਸਿੰਘ ਆ। ਬਾਕੀ ਸੰਦੀਪ ਦੱਸੇਗਾ ਤੁਹਾਨੂੰ। ਜਿਹੜੀ ਬਿਗਨਿੰਗ ਸੀ ਉਹ ਡੈਫੀਨੇਟਲੀ ਬਲਦੇਵ ਕੋਚ ਸੀ ਸ਼ਾਹਬਾਦ ਤੋਂ, ਦੈਨ ਉਸ ਤੋਂ ਬਾਅਦ ਇੰਦਰਜੀਤ ਸਿੰਘ ਗਿੱਲ ਕੋਚ ਨੇ, ਉਹ ਮਤਲਬ ਸੈਡਲੀ ਇਹ ਹੈ ਕਿ ਉਹ ਅੱਜ ਦੁਨੀਆਂ 'ਚ ਹੈ ਨਹੀਂ, ਬਟ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ। ਉਸ ਤੋਂ ਬਾਅਦ ਫਿਰ ਜਦੋਂ ਮੈਂ ਡਰੈਗ ਫਲਿੱਕ ਸ਼ੁਰੂ ਕੀਤੀ ਵੈਰੀ ਯੰਗ ਏਜ ਦੇ ਵਿੱਚ, ਅਤੇ ਬਿਕਰਮ ਭਾਅ ਜੀ ਹੁਣੀ ਮੈਨੂੰ ਸਿਖਾਉਂਦੇ ਹੁੰਦੇ ਸੀ, ਮੈਨੂੰ ਦੱਸਦੇ ਹੁੰਦੇ ਸੀ ਫੋਨ 'ਤੇ, ਮੇਰੀ ਰੈਗੂਲਰ ਇਹਨਾਂ ਦੇ ਨਾਲ ਟੱਚ ਹੁੰਦੀ ਸੀ ਜਦੋਂ ਮੈਂ ਪਟਿਆਲੇ ਟ੍ਰੇਨਿੰਗ ਵੀ ਕਰਦਾ ਸੀ। ਦੈਨ ਉਸ ਤੋਂ ਬਾਅਦ ਜਦੋਂ ਮੈਂ ਨੈਸ਼ਨਲ ਟੀਮ 'ਚ ਆਇਆ, ਫਿਰ ਹਰਿੰਦਰ ਸਿੰਘ ਜੋ ਕਿ ਅੱਜ ਵੀ ਮੌਜੂਦਾ ਟੀਮ ਦੇ ਕੋਚ ਨੇ, ਚੀਫ ਕੋਚ ਨੇ ਨੈਸ਼ਨਲ ਮੈਨਸ ਹਾਕੀ ਟੀਮ ਦੇ, ਅਤੇ ਉਹਨਾਂ ਨੇ ਮੈਨੂੰ ਕਾਫੀ ਬੂਸਟ ਕੀਤਾ, ਉਹਨਾਂ ਨੇ ਮੈਨੂੰ ਕਾਫੀ ਮੋਟੀਵੇਟ ਕਰਦੇ ਸੀ ਕਿ ਕੋਈ ਯੰਗ ਏਜ 'ਚ ਵੀ ਕੋਈ ਕਿਸੇ ਵੀ ਏਜ ਦਾ ਬੰਦਾ ਹੋਵੇ ਕੁਛ ਵੀ ਕਰ ਸਕਦਾ। ਸੋ ਦੈਟਸ ਵਾਈ ਮੈਂ ਇਕਲੌਤਾ ਇੰਡੀਆ ਦਾ ਇੱਕ ਐਵੇਂ ਦਾ ਪਲੇਅਰ ਹਾਂ ਦੁਨੀਆ 'ਚ 17 ਸਾਲ ਦੀ ਉਮਰ ਦੇ ਵਿੱਚ ਕੋਈ ਵੀ ਓਲੰਪਿਕ ਨਹੀਂ ਖੇਡਿਆ, ਅਤੇ ਮੈਂ ਇੱਕ ਐਵੇਂ ਦਾ ਪਲੇਅਰ ਹਾਂ ਜਿਹੜਾ 17 ਸਾਲ 17.5 ਸਾਲ ਦੀ ਉਮਰ ਦੇ ਵਿੱਚ ਓਲੰਪਿਕ ਖੇਡਿਆ। ਤੁਸੀਂ ਗੱਲ ਕੀਤੀ ਕਿ 6ਵੀਂ 'ਚ ਸੀਗੇ, ਉਦੋਂ ਤੋਂ ਹੀ ਚਾਹ ਪੈ ਗਿਆ ਸੀਗਾ, ਪਰ 6ਵੀਂ ਤੋਂ ਲੈ ਕੇ ਅੱਜ ਤੱਕ ਇਹ ਜਿਹੜਾ ਸਫ਼ਰ ਹੈ, ਇਸ ਦੇ ਵਿੱਚ ਕਿੰਨਾ ਕੁ ਸਟਰਗਲ ਕਰਨਾ ਪਿਆ ਤੁਹਾਨੂੰ? ਇਹ ਤਾਂ ਜੀ ਜੇ ਅਸੀਂ ਗੱਲ ਕਰੀਏ ਸੂਰਮਾ ਮੂਵੀ ਦੀ, ਅਤੇ 3-4 ਪਾਰਟ ਬਣ ਸਕਦੇ ਉਹਦੇ। ਤੁਸੀਂ ਇਹਦੀ ਕੋਚ ਦੀ ਗੱਲ ਕੀਤੀ ਆ, ਮੈਨੂੰ ਇੱਕ ਇੰਸੀਡੈਂਟ ਯਾਦ ਆ ਰਿਹਾ ਜੀ। ਮੈਂ ਏਰੀਨ ਅਕੈਡਮੀ 'ਚ ਦਿੱਲੀ ਹੁੰਦਾ ਸੀ, ਅਤੇ ਮੈਂ ਡਰੈਗ ਫਲਿੱਕਰ ਸੀ ਆਲਰੇਡੀ। ਸੰਦੀਪ ਮੇਰੇ ਕੋਲ ਆਇਆ, ਅਤੇ ਸਾਡੇ ਇੱਕ ਗੋਲਕੀਪਰ ਨੇ ਕਮਲਦੀਪ ਜੀ ਦਾ ਜ਼ਿਕਰ ਮੂਵੀ 'ਚ ਵੀ ਹੋਇਆ, ਅਤੇ ਉਹ ਮੈਨੂੰ ਕਹਿੰਦਾ ਕਿ ਸੰਦੀਪ ਤੇਰੇ ਨਾਲ ਵਧੀਆ ਡਰੈਗ ਫਲਿੱਕਰ ਬਣੇਗਾ। ਉਹ ਕਿੱਦਾਂ, ਸ਼ਾਮ ਨੂੰ ਨਾ ਅਸੀਂ ਨਾ ਪਹਿਲਾਂ ਹੋਕੀ 'ਚ ਬੈਂਡ ਨਾ ਜ਼ਿਆਦਾ ਹੁੰਦਾ ਸੀ, ਅਸੀਂ ਬੈਂਡ ਟੈਕਨੀਕਲ ਬੈਂਡ ਨਾ ਅਸੀਂ ਗਰਮ ਕਰਕੇ ਪਾਉਂਦੇ ਸੀ। ਸੰਦੀਪ ਕਹਿੰਦਾ ਵੀ ਮੈਂ ਵੀ ਵੀਰੇ ਡਰੈਗ ਮਾਰਨੀ ਆ। ਮੈਂ ਕਿਹਾ ਤੂੰ ਛੋਟਾ, ਤੂੰ ਡਰੈਗ ਨਹੀਂ, ਤੂੰ 35 ਸਟੋਕ ਮਾਰਿਆ ਕਰ। ਇਹ ਇਹਨੇ 35 ਸਟੋਕਾਂ ਮਾਰੀਆਂ, ਕਮਲਦੀਪ ਨੂੰ 5 ਮਾਰੀਆਂ, 5 'ਚੋਂ 4 ਗੋਲ ਹੋਏ। ਕਮਲਦੀਪ ਨੇ ਉੱਦਣ ਹੀ ਕਹਿਤਾ ਸੀ ਕਿ ਤੇਰਾ ਬ੍ਰਦਰ ਵਰਲਡ ਰਿਕਾਰਡ ਹੋਲਡਰ ਬਣੇਗਾ। ਇੱਕ ਹਾਕੀ ਉਹਨੇ ਮੇਰੇ ਤੋਂ ਖੋਈ, ਇੱਕ ਆਪਣੀ ਦਿੱਤੀ, ਦੋ ਹਾਕੀਆਂ ਦੇ ਕੇ ਇਹਨੂੰ ਭੇਜਿਆ ਸੀ। ਕਹਿੰਦਾ ਕਿ ਤੂੰ ਬਣੇਗਾ ਜਾਂ ਪਟਿਆਲੇ ਜਾ ਕੇ ਪੈਟਸ ਕਰ। ਉਹ ਹਾਕੀਆਂ ਸੰਭਾਲ ਕੇ ਰੱਖੀਆਂ ਜਦ ਤੱਕ? ਉਹ ਤਾਂ ਹਾਕੀਆਂ ਟੁੱਟ ਗਈਆਂ ਸੀ, ਬਿਕੋਜ਼ ਉਦੋਂ ਵੁਡਨਸ ਦੀ ਹਾਕੀ ਹੁੰਦੀ ਸੀ। ਬਟ ਹਾਂ, ਜਿਹਦੇ ਨਾਲ ਪਹਿਲੀ ਹਾਕੀ ਜਿਹੜੀ ਮੇਰੀ ਇੰਟਰਨੈਸ਼ਨਲ ਹਾਕੀ ਸੀ, ਉਹ ਹਾਕੀ ਮੈਂ ਦਲਜੀਤ ਭਾਅ ਜੀ ਨੂੰ ਮੇਰੇ ਮੋਮ ਡੈਡ ਨੇ ਗਿਫਟ ਕੀਤੀ ਜਦੋਂ ਪਹਿਲੀ ਵਾਰੀ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਜਦੋਂ ਮੇਰੇ ਕੋਲ ਘਰੇ ਆਏ। ਤੇ 22 ਅਗਸਤ 2006 ਜਦੋਂ ਇੰਸੀਡੈਂਟ ਹੋਇਆ ਜਿਹਨੇ ਤੁਹਾਡੀ ਜ਼ਿੰਦਗੀ ਬਦਲਤੀ, ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੋ ਤਰ੍ਹਾਂ ਦੇ ਪਹਿਲੂ ਨੇ ਉਹਦੇ 'ਚ। ਇੱਕ ਪਹਿਲੂ ਹੈ ਕਿ ਉਹਨੇ ਮੈਨੂੰ ਫੇਮ ਵੀ ਲੈ ਕੇ ਆਇਆ ਜੀ, ਉਹਨੇ ਕਾਫੀ ਚੀਜ਼ਾਂ ਮੈਨੂੰ ਚੇਂਜ ਕੀਤਾ, ਜੋ ਦੁਨੀਆਂ ਦੇ ਕਈਆਂ ਦੇ ਮਨ 'ਚ ਚੱਲਦਾ ਅੱਜ ਕੱਲ੍ਹ ਕਿ ਸੰਦੀਪ ਸਿੰਘ ਤਾਂ ਸਿਰਫ ਗੋਲੀ ਕਰਕੇ ਫੇਮ ਹੋ ਗਿਆ। ਬਟ ਅਗਰ ਪ੍ਰੈਕਟੀਕਲੀ ਦੇਖੀਏ ਤਾਂ ਉਹ ਟਾਈਮ ਨੇ ਇੰਨਾ ਕੁ ਦਰਦ ਦਿੱਤਾ ਮੈਨੂੰ, ਇੰਨਾ ਕੁ ਮਤਲਬ ਪੇਨ, ਇੰਨਾ ਕੁ ਫਿਜ਼ੀਕਲੀ ਟਰਾਮਾ, ਮੈਂਟਲੀ, ਮਤਲਬ ਇੱਦਾਂ ਦੀ ਚੀਜ਼ਾਂ ਦਿਖਾਤੀਆਂ ਜਿਹੜੀਆਂ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਜ਼ਿੰਦਗੀ 'ਚ। ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਸੂਰਮਾ ਮੂਵੀ ਆ ਗਈ ਹੈ ਅਤੇ ਸੰਦੀਪ 22 ਅਗਸਤ 2006 ਨੂੰ ਭੁੱਲ ਸਕਦਾ। ਮੈਂ ਯਾਦ ਨਹੀਂ ਕਰਦਾ ਉਸ ਸਮੇਂ ਨੂੰ, ਬਟ ਉਹ ਸਮਾਂ ਮੇਰੀ ਜ਼ਿੰਦਗੀ 'ਚ ਇੱਦਾਂ ਦਾ ਹੈ ਕਿ ਮੈਂ ਪੋਜ਼ੀਟਿਵ ਵੇ ਨਾਲ ਉਹਨੂੰ ਹਮੇਸ਼ਾ ਲਿਆ ਜ਼ਿੰਦਗੀ 'ਚ, ਹੁਣ ਵੀ ਮੈਂ ਲੈਂਦਾ। ਬਟ ਉਹ ਸਮੇਂ ਨੇ ਮੈਨੂੰ ਸੋਚਣਾ, ਸੋਚਣ ਦੀ ਸ਼ਕਤੀ, ਲੜਨ ਦੀ ਸ਼ਕਤੀ, ਆਪਣੇ ਆਪ ਨੂੰ ਪ੍ਰੂਵ ਕਰਨ ਦੀ ਸ਼ਕਤੀ, ਉਹ ਚੀਜ਼ਾਂ ਸਿਖਾਈਆਂ ਨੇ। ਤੇ ਉਸ ਟਾਈਮ ਤੁਹਾਡਾ ਪੀਰੀਅਡ ਕਿੱਦਾਂ ਦਾ ਰਿਹਾ ਜਦੋਂ ਇਹਨਾਂ ਨਾਲ ਉਹ ਇਨਸੀਡੈਂਟ ਹੋਇਆ? ਕਹਿੰਦੇ ਨਾ ਜੀ ਕਿ ਇੱਕ ਪਿਓ ਪੁੱਤਰ ਦਾ ਰਿਲੇਸ਼ਨ ਹੁੰਦਾ, ਜੋ ਮੈਂ ਇਹਨੂੰ ਕਦੀ ਵੀ ਛੋਟਾ ਭਰਾ ਨਹੀਂ ਸਮਝਿਆ, ਹਮੇਸ਼ਾ ਇਹਨੂੰ ਪੁੱਤਰ ਆਉਂਦਾ ਪਾਲਿਆ। ਅਤੇ ਇੱਕ ਪਿਓ ਦੇ ਮਨ 'ਚ ਕੀ ਦਰਦ ਨਿਕਲਦੀ ਆ, ਇੱਕ ਪਿਓ ਦੇ ਕੀ ਹੁੰਦੇ ਨੇ, ਮੈਂ ਉਹਨੂੰ ਇਹਦੇ ਨੇੜੇ ਰਹਿ ਕੇ, ਦਰਦ ਇਹਨੂੰ ਹੁੰਦੀ ਸੀ ਪਰ ਫੀਲ ਮੈਂ ਕਰਦਾ ਸੀ, ਮੈਂ ਇਹਦੇ ਅੱਗੇ ਰੋ ਵੀ ਨਹੀਂ ਸਕਦਾ ਸੀ, ਇਹਨੂੰ ਹਿੰਮਤ ਵੀ ਦੇਣੀ ਸੀ। ਮੈਨੂੰ ਪਤਾ ਕਿ ਮੈਂ ਉਹ ਟਾਈਮ ਕਿਵੇਂ ਕੱਟਿਆ, ਉਹ ਟਾਈਮ ਅੱਜ ਵੀ ਯਾਦ ਕਰਦੇ ਹਾਂ ਨਾ, ਅਤੇ ਮੈਂ ਕਈ ਵਾਰ ਸੁੱਤਾ ਹੁੰਦਾ ਅਤੇ ਮੇਰੀ ਅੱਖ ਖੁੱਲ ਜਾਂਦੀ ਆ, ਮੈਂ ਸੋਚਦਾ ਕਿ ਮੇਰੇ ਭਰਾ ਨਾਲ ਇੱਦਾਂ ਕਿਉਂ ਹੋਇਆ। ਪਰ ਮੈਂ ਕਹਿੰਦਾ ਕਿ ਸ਼ਾਇਦ ਸਾਡੀ ਸੰਦੀਪ ਹਮੇਸ਼ਾ ਗੱਲ ਦੱਸਦਾ, ਸੰਦੀਪ ਨੂੰ ਮਦਰ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਕੋਈ ਫੁੱਲ ਵੱਡਾ ਕਰਨਾ ਹੋਵੇ ਨਾ ਤਾਂ ਮਾਲੀ ਉਹਨੂੰ ਸਾਈਡਾਂ ਤੋਂ ਕੱਟਦਾ ਤਾਂ ਕਿ ਉਹ ਵੱਡਾ ਹੋਵੇ, ਉਹਦੇ ਜਿਹੜਾ ਕੀ ਤਾਂ ਰੱਬ ਨੇ ਇੱਕ ਦੁੱਖ ਪਹੁੰਚਾਉਣਾ ਸੀ। ਪਰ ਫਿਰ ਵੀ ਉਹ ਜੋ ਦੁੱਖ ਸੀ ਨਾ, ਮੈਂ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ, ਅਸੀਂ ਜਹਾਜ਼ 'ਚ ਜਾ ਰਹੇ ਸੀ ਦੋਵੇਂ ਭਰਾ ਹੋਲੈਂਡ ਰਿਹਾਬ ਵਾਸਤੇ ਲੈ ਕੇ ਜਾ ਰਹੇ ਸੀ, ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਅਸੀਂ ਉਹਨੂੰ ਬਿਜ਼ਨਸ ਕਲਾਸ ਟਿਕਟ 'ਚ ਕਨਵਰਟ ਕਰਾਈਏ। ਅੰਦਰ ਮੈਂ ਉਹਨੂੰ ਇਹ ਹੋਸਟਸ ਨੂੰ ਕਿਹਾ ਕਿ ਮੈਂ ਬ੍ਰਦਰ ਮੇਰੇ 'ਤੇ ਗੋਲੀ ਵੱਜੀ ਆ ਅਤੇ ਅਸੀਂ ਉਹਨੂੰ ਟ੍ਰੀਟਮੈਂਟ ਵਾਸਤੇ ਲੈ ਕੇ ਜਾ ਰਹੇ ਹਾਂ। ਉਹ ਕਹਿੰਦੇ ਕਿ $100,000 ਨਾ, $1,500 ਦੇ ਦਿਓ, US ਡਾਲਰ ਦੇ ਦਿਓ ਅਤੇ ਅਸੀਂ ਇਹਨੂੰ ਅੱਗੇ ਕਾਪੀ ਕਰ ਦਾਂਗੇ। ਸਾਡੇ ਦੋਵਾਂ ਭਰਾ ਕੋਲ ਤਾਂ $500 ਵੀ ਨਹੀਂ ਸੀ, ਮੈਂ ਇਹਨੂੰ ਸਾਹਮਣੇ ਵਾਲੀ ਜਿਹੜੀ ਖਾਲੀ ਹੁੰਦੀ ਨਾ ਉੱਥੇ ਲੰਬੇ ਪਾ ਕੇ ਲੈ ਕੇ ਗਿਆ।
ਸੰਦੀਪ ਨੂੰ ਉਹ ਟਾਈਮ ਵੀ ਅਸੀਂ ਵੇਖਿਆ ਔਰ ਰਾਤ ਨੂੰ ਮੈਨੂੰ ਪਤਾ ਕਿ ਮੇਰੀ ਅੱਖ ਲੱਗ ਜਾਂਦੀ ਸੀ ਕਹਿੰਦਾ ਸੀ ਵੀਰੇ ਉੱਠ ਉੱਠ ਮੈਨੂੰ ਬਹੁਤ ਦਰਦ ਹੋ ਰਹੀ ਆ ਕਿ ਮੈਨੂੰ ਮੈਨੂੰ ਨਹੀਂ ਪਤਾ ਮੈਨੂੰ ਕੁਛ ਵੀ ਕਰ ਮੈਨੂੰ ਦਰਦ ਬਹੁਤ ਹੋ ਰਹੀ ਆ ਵੀ ਇਹਨੂੰ ਪਤਾ ਨਹੀਂ ਰਾਤੀ ਕਿੰਨੀ ਕੁ ਵਾਰ ਦਰਦ ਹੁੰਦੀ ਸੀ ਇਹ ਮੈਂ ਜਦੋਂ ਵੀ ਉੱਠਦਾ ਸੀ ਇਹ ਜਾਗਦਾ ਹੁੰਦਾ ਸੀ ਵੀ ਇਹਨੇ ਪਤਾ ਨਹੀਂ 24 ਘੰਟੇ ਚੋਂ ਮੈਨੂੰ ਕਿੰਨੇ ਕਿੰਨੇ ਘੰਟੇ ਦਰਦ ਜਾ ਕੇ ਕੱਟੀ ਆ ਉਹ ਇਹਨੂੰ ਪਤਾ ਪਰ ਇਹਨੇ ਬਹੁਤ ਕਸ਼ਟ ਕੱਟਿਆ ਜੀ ਪਰ ਜੇਕਰ ਚੈਲੇਂਜਸ ਦੀ ਗੱਲ ਕਰੀਏ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਤੁਸੀਂ ਉੱਭਰ ਕੇ ਦੁਬਾਰਾ ਆਏ ਇੰਨੀ ਮਿਹਨਤ ਕੀਤੀ ਉਹ ਸੰਘਰਸ਼ ਕੀਤਾ ਅਤੇ ਕਿਹੜੇ ਕਿਹੜੇ ਚੈਲੇਂਜਸ ਸੀਗੇ ਜਿਹੜੇ ਤੁਸੀਂ ਫੇਸ ਕੀਤੇ ਉਸ ਟਾਈਮ ਦੇ ਵਿੱਚ ਬੜੇ ਚੈਲੇਂਜ ਸੀ ਸਭ ਤੋਂ ਪਹਿਲਾਂ ਤਾਂ ਚੈਲੇਂਜ ਇਹ ਹੁੰਦਾ ਸੀ ਕਿ ਲੱਤਾਂ 'ਤੇ ਖੜ੍ਹਾ ਹੋਣਾ ਜੀ ਕਿਉਂਕਿ ਜੇ ਤੁਹਾਨੂੰ ਡਾਕਟਰ ਇਹ ਕਹਿ ਦੇ ਕਿ ਤੁਸੀਂ ਚੱਲ ਨਹੀਂ ਸਕਦੇ ਫਿਰ ਨਹੀਂ ਸਕਦੇ ਹਾਕੀ ਖੇਡਣਾ ਤਾਂ ਦੂਰ ਦੀ ਬਹੁਤ ਦੂਰ ਦੀ ਗੱਲ ਆ ਤੁਸੀਂ ਵੀਲਚੇਅਰ 'ਤੇ ਬੈਠ ਜਾਓਗੇ ਆਪਣਾ ਆਪਣੇ ਆਪ ਨੂੰ ਬਿਠਾ ਲਓਗੇ ਕਿਉਂਕਿ ਜਦੋਂ ਸਪਾਈਨਲ ਕੋਰਡ 'ਤੇ ਜਦੋਂ ਗੋਲੀ ਵੱਜਦੀ ਆ ਅਤੇ ਉਹ ਸਾਰੇ ਔਰਗਨਸ ਨੂੰ ਰੱਬ ਕਰਕੇ ਹੋਏ ਡੈਮੇਜ ਕਰਦੇ ਹੋਏ ਤੁਹਾਡੇ ਲੋਅਰ ਐਬਡੋਮਲ 'ਚ ਆ ਕੇ ਸਟੱਕ ਹੋ ਜਾਂਦੀ ਆ ਉਹ ਡਾਕਟਰਸ ਨੇ ਜਦੋਂ ਦੇਖਿਆ ਕਿ ਅੰਦਰ ਕਈ ਔਰਗਨਸ ਇੱਦਾਂ ਦੇ ਸੀ ਇੰਨੇ ਡੈਮੇਜ ਹੋ ਚੁੱਕੇ ਸੀ ਕਿ ਉਹਨਾਂ ਦੀ ਰਿਪਲੇਸਮੈਂਟ ਦੀ ਵੀ ਲੋੜ ਪੈ ਸਕਦੀ ਸੀ ਉਹ ਕਹਿੰਦੇ ਸੀ ਕਿ ਅਸੀਂ ਸ਼ਾਇਦ ਰਿਪਲੇਸਮੈਂਟ ਕਰੀਏ ਅਤੇ ਰਿਪਲੇਸਮੈਂਟ ਕਰਾਂਗੇ ਅਤੇ ਪਰ ਸਾਨੂੰ ਦੇਗਾ ਕੌਣ ਡੋਨੇਟ ਕੌਣ ਕਰੇਗਾ ਇੱਥੋਂ ਤੱਕ ਵੀ ਸਵਾਲ ਆ ਗਏ ਸੀ ਬਟ ਉਹ ਟਾਈਮ ਦੇ ਵਿੱਚ ਜਦੋਂ ਉੱਥੋਂ ਨਿਕਲਿਆ 3 ਹਫ਼ਤੇ ਮੈਂ ਮਤਲਬ ਜਿਹਨੂੰ ਵੈਂਟੀਲੇਟਰ 'ਤੇ ਰਿਹਾ ਮੈਂ ਆਈ ਸੀ ਯੂ ਦੇ ਵਿੱਚ ਸੀ ਅਤੇ ਮੈਨੂੰ ਜਦੋਂ ਹੋਸ਼ ਆਏ ਪਹਿਲੀ ਵਾਰੀ ਮੈਂ ਦੇਖਿਆ ਅਤੇ ਮੈਂ ਆਪਣੇ ਆਪ ਨੂੰ ਜਦੋਂ ਦੇਖਿਆ ਕਿ ਮੈਂ ਲੱਤਾਂ ਹਿਲਾ ਨਹੀਂ ਸਕਦਾ ਸੀ ਉਦੋਂ ਮੇਰੇ ਮਨ 'ਚ ਇੱਕੋ ਸਵਾਲ ਆਇਆ ਕਿ ਰੱਬ ਨੇ ਮੇਰੇ ਨਾਲ ਕਿਉਂ ਕੀਤਾ ਇਹ ਕੀ ਰੀਜ਼ਨ ਹੈ ਇਹਦਾ ਉਸ ਤੋਂ ਬਾਅਦ ਫਿਰ ਉਸ ਚੀਜ਼ ਨੂੰ ਭੁੱਲ ਕੇ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਮੇਰੇ ਡੈਡ ਨੇ ਮੇਰੇ ਬ੍ਰਦਰ ਨੇ ਮੇਰੇ ਮੋਮ ਨੇ ਅਤੇ ਚਾਰੋਂ ਜਾਣੇ ਸੀ ਫੈਮਿਲੀ ਦੇ ਵਿੱਚ ਜਿਹੜੇ ਮਤਲਬ ਕਿ ਬੇਸਿਕਲੀ ਉਸ ਟਾਈਮ ਨੂੰ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਫੇਸ ਕੀਤਾ ਮੇਰੇ ਰਿਸ਼ਤੇਦਾਰ ਹੋਰ ਵੀ ਨੇ ਮੇਰੇ ਤਾਏ ਜੀ ਹੋਣੀ ਮੇਰੇ ਤਾਏ ਜੀ ਦੇ ਦੂਜੇ ਤਾਏ ਜੀ ਦੇ ਬੇਟੇ ਹੋ ਗਏ ਇਹ ਸਾਰੇ ਸਾਨੂੰ ਸਪੋਰਟ ਕਰ ਰਹੇ ਸੀ ਆਉਂਦੇ ਸੀ ਸਾਡੇ ਕੋਲ ਹੁੰਦੇ ਸੀ ਬਟ ਜਿਹੜੀ ਇੱਕ ਫੈਮਿਲੀ ਆਹੀ 6-7 ਜਾਣੇ ਸੀ ਜਿਹੜੇ ਫੇਸ ਕਰ ਰਹੇ ਸੀ ਨਾਲ ਇਹ ਇਮੋਸ਼ਨਲੀ ਸੀ ਇਹ ਆਪਣੇ ਆਪ ਨੂੰ ਦਰਦ ਦੇਖ ਰਹੇ ਸੀ ਬਟ ਜੋ ਚੀਜ਼ ਮੈਂ ਪੇਨ ਨੂੰ ਮੈਂ ਸਫ਼ਰ ਕਰ ਰਿਹਾ ਸੀ ਉਹ ਇਹ ਸਿਰਫ ਮਹਿਸੂਸ ਕਰ ਸਕਦੇ ਸੀ ਸਿਰਫ ਪੇਨ ਨੂੰ ਜਿਹੜਾ ਫੀਲ ਸੀ ਉਹ ਮੈਂ ਕਰ ਸਕਦਾ ਸੀ ਉਹ ਜਿਹੜਾ ਟਾਈਮ ਸੀ ਉਦੋਂ ਇੱਦਾਂ ਹੁੰਦਾ ਸੀ ਕਿ ਯਾਰ ਖੜ੍ਹਾ ਹੋਣਾ ਉਸ ਤੋਂ ਬਾਅਦ ਤੁਸੀਂ ਟੀ ਵੀ ਦੇ ਵਿੱਚ ਦੇਖ ਰਹੇ ਹੋ ਬਾਕੀ ਪਲੇਅਰਸ ਖੇਡ ਰਹੇ ਨੇ ਉਹਨਾਂ ਦੀ ਇੰਟਰਵਿਊਜ਼ ਆ ਰਹੀਆਂ ਨੇ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਦੇ ਨਾਲ ਇੱਕਦਮ ਖੇਡ ਰਹੇ ਹੋ ਅਤੇ ਇੱਕੋਦਮ ਤੁਸੀਂ ਬੈੱਡ 'ਤੇ ਆ ਰਹੇ ਹੋ ਉਸ ਚੀਜ਼ ਨੂੰ ਫੇਸ ਕਰਨਾ ਬਹੁਤ ਮੁਸ਼ਕਿਲ ਸੀ ਬਟ ਜਦੋਂ ਮੈਂ ਰੀਹੈਬ ਕਰਨ ਗਿਆ ਰੀਹੈਬ ਦੇ ਟਾਈਮ ਮੈਨੂੰ ਭਾਅ ਜੀ ਮੈਨੂੰ ਉੱਥੇ 2 ਵੀਕ ਰਹਿ ਕੇ ਗਏ ਮੇਰੇ ਨਾਲ ਉਸ ਤੋਂ ਬਾਅਦ ਇੰਡੀਆ ਵਾਪਸ ਆ ਗਏ ਇਹਨਾਂ ਦੇ ਕੁਛ ਇੱਦਾਂ ਦੇ ਸੀ ਕਿ ਆਪਣੀ ਜੋਬ ਨਹੀਂ ਛੱਡ ਸਕਦੇ ਸੀ ਉਸ ਤੋਂ ਬਾਅਦ ਉੱਥੇ ਮੈਂ ਜਦੋਂ ਇਕੱਲਾ ਰਿਹਾ ਕਾਫੀ ਇੱਦਾਂ ਦੇ ਚੀਜ਼ ਸੀ ਕਿ ਜਦੋਂ ਇਹ ਭਾਅ ਜੀ ਤਾਂ ਮੇਰੇ ਡੇਲੀ 24 ਆਵਰ ਮੈਨੂੰ ਨਾਲ ਰਹਿੰਦੇ ਸੀ ਉਸ ਤੋਂ ਬਾਅਦ ਮੈਂ ਇੱਕੋ ਦਮ ਇਕੱਲਾ ਹੋ ਗਿਆ ਉਹ ਟਾਈਮ ਦੇ ਵਿੱਚ ਮੈਂ ਯੂਰੋਪੀਅਨ ਘਰ ਦੇ ਵਿੱਚ ਰਹਿੰਦਾ ਸੀ ਉੱਤੇ ਰੂਮ ਹੁੰਦਾ ਸੀ ਥੱਲੇ ਕਿਚਨ ਹੁੰਦੀ ਸੀ ਖਾਣਾ ਵੀ ਆਪ ਬਣਾਉਣਾ ਤੁਸੀਂ ਸਾਰੇ ਘਰ ਦਾ ਜਿਹੜਾ ਧਿਆਨ ਰੱਖਣਾ ਇਕੱਲੇ ਤੁਸੀਂ ਰਹਿ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਇੱਕ ਬੰਦਾ ਆਉਂਦਾ ਸਵੇਰੇ ਉਹ ਲੈ ਕੇ ਟ੍ਰੇਨਿੰਗ ਕਰਾ ਕੇ ਵਾਪਸ ਤੁਹਾਨੂੰ ਛੱਡ ਜਾਂਦਾ ਰੀਹੈਬ 'ਤੇ ਉਹ ਟਾਈਮ ਜਿਹੜਾ ਸੀ ਉਹ ਇੰਨਾ ਪੇਨਫੁਲ ਟਾਈਮ ਸੀ ਬੋਡੀ ਤੁਹਾਡਾ 40% ਬੋਡੀ ਵੇਟ ਘੱਟ ਗਿਆ ਅਤੇ ਉਸ ਤੋਂ ਬਾਅਦ ਤੁਸੀਂ 24 ਘੰਟਿਆਂ 'ਚੋਂ ਸਿਰਫ 23 ਘੰਟੇ ਜਾਂ 22 ਘੰਟੇ ਤੁਸੀਂ ਮਤਲਬ ਆਪਣਾ ਜਾਗਦੇ ਹੋ 2 ਹੀ ਘੰਟੇ ਸੌ ਸਕਦੇ ਹੋ 1 ਘੰਟਾ ਜਾਂ 2 ਘੰਟੇ ਉਹ ਵੀ ਤੁਹਾਨੂੰ ਸਲੀਪਿੰਗ ਪਿਲਸ ਮਿਲਦੀਆਂ ਨੇ ਉਹ ਜਿਹੜਾ ਵਕਤ ਹੈ ਨਾ ਜਿਹੜਾ ਮੇਰਾ 1.5-1.75 ਸਾਲ ਜਿਹੜਾ ਆ ਉਹ ਇੰਨਾ ਕੁ ਦਰਦਨਾਕ ਸੀ ਕਿ ਉਹ ਮਤਲਬ ਕਿ ਤੁਸੀਂ ਜਿੰਨਾ ਮਰਜ਼ੀ ਵੱਡੀ ਫਿਲਮ ਬਣਾ ਲਓ ਜਿੰਨਾ ਮਰਜ਼ੀ ਤੁਸੀਂ ਕਰ ਲਓ ਉਹ ਚੀਜ਼ਾਂ ਮਤਲਬ ਦਲਜੀਤ ਭਾਈ ਨੇ ਤਾਂ ਮੈਂ ਸਲੂਟ ਕਰਦਾ ਕਿ ਉਹਨਾਂ ਨੇ ਇੰਨਾ ਜ਼ਿਆਦਾ ਚੀਜ਼ਾਂ ਫਿਲਮਾਂ 'ਚ ਦਿਖਾਈਆਂ ਨੇ ਕਰਕੇ ਬਟ ਉਹ ਰੀਅਲ 'ਚ ਜੇ ਤੁਸੀਂ ਉਹਨੂੰ ਸੋਚੋ ਇੱਕ ਵਾਰੀ ਕਿ ਯਾਰ ਆਹ ਚੀਜ਼ਾਂ ਤੋਂ ਇਹ ਨਿਕਲ ਕੇ ਆਇਆ ਬੰਦਾ ਉਹ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਕੁ ਪੇਨ ਹੋਊ ਤੁਸੀਂ ਕਹਿ ਰਹੇ ਹੋ ਕਿ ਮਤਲਬ ਉਹ ਪੇਨ ਬਹੁਤ ਜ਼ਿਆਦਾ ਸੀਗਾ ਜਿਹੜਾ ਤੁਸੀਂ ਫੀਲ ਕੀਤਾ 1-2 ਘੰਟੇ ਸੋਣਾ ਇਹ ਤੁਹਾਡੇ ਲਈ ਹਿੰਮਤ ਦਾ ਸਰੋਤ ਰਹੇ ਆ ਇਹ ਤੁਹਾਡੇ ਸਾਹਮਣੇ ਰੋਏ ਨਹੀਂ ਆ ਕਿ ਇਹਨਾਂ ਦੀ ਹਿੰਮਤ ਘੱਟ ਜੂਗੀ ਪਰ ਉਸ ਟਾਈਮ 'ਤੇ ਇੱਕ ਮਾਂ ਦਾ ਜੋ ਸਾਥ ਹੁੰਦਾ ਜਾਂ ਜੋ ਮਾਂ ਦੇਖ ਪਾਉਂਦੀ ਕਿ ਮੇਰਾ ਪੁੱਤ ਇੱਦਾਂ ਹੋ ਗਿਆ ਸੋ ਮਦਰ ਦਾ ਉਹ ਰਿਐਕਸ਼ਨ ਕਿਵੇਂ ਦਾ ਹੈਗਾ ਯਾਦ ਹੈ ਉਹ ਚੀਜ਼ਾਂ ਕਿ ਮਦਰ ਦੇ ਫੇਸ ਤੇ ਮੈਂ ਡੈਡ ਹੁਣ ਮੋਮ ਹੁਣ ਭਾਵੇਂ ਡੈਡ ਹੁਣ ਭਾਵੇਂ ਬ੍ਰਦਰ ਭਾਜੀ ਹਰੀ ਹੁਣ ਇਹ ਮੇਰੇ ਸਾਹਮਣੇ ਨਹੀਂ ਕੁਝ ਕਰਦੇ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹਨੂੰ ਬੂਸਟ ਕਰਨਾ ਆ ਬਟ ਡੈਫੀਨੇਟਲੀ ਮੇਰੇ ਮੋਮ ਦੇ ਮੈਨੂੰ ਅਜੇ ਤੱਕ ਯਾਦ ਆ ਜਦੋਂ ਮੈਂ ਵਰਲਡ ਕੱਪ ਤੋਂ ਜਾਣ ਤੋਂ ਪਹਿਲਾਂ ਜਦੋਂ ਇਹ ਇੰਸੀਡੈਂਟ ਤੋਂ ਪਹਿਲਾਂ ਮੇਰੇ ਮੋਮ ਦੇ ਪੂਰੇ ਵਾਲ ਕਾਲੇ ਸੀ ਅਤੇ ਜਦੋਂ ਇੰਸੀਡੈਂਟ ਹੁੰਦਾ ਆ ਇੰਸੀਡੈਂਟ ਤੋਂ ਬਾਅਦ ਜਦੋਂ ਉਹਨਾਂ ਦਾ ਬੋਡੀ ਵੇਟ ਉਹਨਾਂ ਦੇ ਵਾਲ ਚਿੱਟੇ ਅਤੇ ਮਤਲਬ ਪਤਾ ਹੀ ਨਹੀਂ ਆ ਕਿ ਉਹ ਕਿਹੜੀ ਕਿਹੜੀ ਮਤਲਬ ਮੇਰੇ ਡੈਡ ਦਾ ਤਾਂ ਮੋਮ ਦਾ ਇਹ ਹਾਲ ਸੀ ਕਿ ਪਤਾ ਹੀ ਨਹੀਂ ਕਿੱਥੇ ਆ ਜੇ ਇੱਕ ਤੁਸੀਂ ਜੇ ਸੂਰਮਾ ਮੂਵੀ ਦੇਖੀ ਉਹਦੇ 'ਚ ਇੱਕ ਇੰਸੀਡੈਂਟ ਆ ਕਿ ਡੈਡ ਦਾ ਦਿਖਾਇਆ ਟ੍ਰੇਨ ਦੇ ਸਾਹਮਣੇ ਪਏ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਉਹ ਰੀਅਲ 'ਚ ਮੇਰੇ ਡੈਡ ਨਾਲ ਇੱਦਾਂ ਹੋਇਆ ਉਹ ਟ੍ਰੇਨ 'ਚ ਆਉਂਦਿਆਂ ਦੇ ਬੱਚੇ ਅਤੇ ਥੱਲੇ ਡਿੱਗੇ ਆ ਮੇਰੇ ਫਾਦਰ ਤਾਂ ਇੱਥੋਂ ਤੱਕ ਬਹੁਤ ਟੈਨਸ਼ਨ ਲੈ ਗਏ ਸੀ ਮੈਨੂੰ ਕਹਿੰਦੇ ਸੀ ਕਿ ਵੀ ਸੰਦੀਪ ਚੱਲਣਾ ਵੀ ਸ਼ੁਰੂ ਹੋ ਗਿਆ ਸੀ ਉਹਨਾਂ ਨੂੰ ਇੰਨੀ ਟੈਨਸ਼ਨ ਸੀ ਖੇਡਣੀ ਤਾਂ ਹੈਗੇ ਸੀ ਉਹ ਕਹਿੰਦੇ
ਕਿ ਮੇਰਾ ਬੇਟਾ ਚੱਲ ਪਾਊਗਾ ਕਿ ਮੇਰਾ ਬੇਟਾ, ਕਿਉਂਕਿ ਗੋਲੀ ਬੜੀ ਗਲਤ ਥਾਂ ਲੱਗੀ ਸੀ, ਲੱਗ ਕੇ ਉਹ ਐਬਡੋਮਲ 'ਚ ਚੱਲ ਗਈ ਸੀ. ਉਹ ਕਹਿੰਦੇ ਸੀ ਕਿ ਮੇਰਾ ਬੇਟਾ ਕੱਲ੍ਹ ਨੂੰ ਆਪਣਾ ਅੰਸ਼ ਅੱਗੇ ਚਲਾ ਪਾਊਗਾ, ਮੈਰਿਜ ਕਰ ਪਾਊਗਾ. ਮੇਰੇ ਫਾਦਰ, ਕਿਉਂਕਿ ਪਿਓ ਦੀ ਨਜ਼ਰ ਨਾਲ ਸੋਚਣਾ ਅਸੀਂ ਉਹ ਨਹੀਂ ਸੋਚ ਸਕਦੇ, ਅਤੇ ਮੇਰੇ ਫਾਦਰ ਨਹੀਂ ਪਤਾ ਨਹੀਂ ਕਿਹੜੀ ਕਿਹੜੀ ਗੱਲਾਂ ਸੋਚਦੇ ਸੀ, ਕਿੱਦਾਂ ਦੀ ਕਿਹਨੂੰ ਰੋਕ ਲੈਂਦੇ ਸੀ ਵਿਚਾਰੇ. ਉਹ ਉਹਨਾਂ ਦੀ ਹਾਲਤ, ਅਸੀਂ ਜਿਵੇਂ ਸੰਦੀਪ ਆਪਣਾ ਦਰਦ ਹੈ, ਉਹ ਵੀ ਆਪਣਾ ਦਰਦ ਉਹਨਾਂ ਨੇ ਮਹਿਸੂਸ ਕੀਤਾ. ਬਸ ਉਹਨਾਂ ਨੂੰ ਅਸੀਂ ਦੇਖਿਆ. ਮੈਂ, ਕਿਉਂਕਿ ਸੰਦੀਪ ਤਾਂ ਉਸ ਟਾਈਮ ਹੋਸਪਿਟਲ 'ਚ ਹੁੰਦਾ ਸੀ, ਮਦਰ ਫਾਦਰ ਨੂੰ ਮੈਂ ਵੇਖਿਆ ਕਿ ਉਹ ਇੰਨਾ ਸਾਹਮਣੇ ਨਹੀਂ ਸੀ ਰੋਂਦੇ, ਪਰ ਉਹ ਇਕੱਲੇ ਦੋਵੇਂ ਜਾਣੇ ਵਿਚਾਰੇ ਰੂਮ 'ਚ ਕਿੰਨਾ ਰੋਂਦੇ ਸੀ. ਮਦਰ ਫਾਦਰ ਕਿੰਨਾ ਕੁ ਪਾਠ ਕਰਦੇ ਸੀ, ਕਿੱਥੇ ਕਿੱਥੇ ਮੱਥੇ ਟੇਕਦੇ ਸੀ ਗੁਰਦੁਆਰੇ ਜਾ ਕੇ ਕਿ ਸਾਡਾ ਪੁੱਤਰ ਠੀਕ ਹੋ ਜਾਵੇ. ਅਤੇ ਉਹ ਚੀਜ਼, ਉਹ ਜਿਹੜੀ ਟਾਈਮ ਸੀ ਨਾ, ਉਹ ਅਸੀਂ ਬਿਆਨ ਨਹੀਂ ਕਰ ਸਕਦੇ. ਜਿਵੇਂ ਸੰਦੀਪ ਨੇ ਕਿਹਾ ਕਿ ਚਾਹੇ ਉਹ 4 ਘੰਟੇ ਦੀ ਮੂਵੀ ਬਣ ਜਾਵੇ, ਉਹ ਚਾਹੇ 400 ਘੰਟੇ ਦੀ ਬਣ ਜਾਵੇ, ਪਰ ਉਹ ਜੋ ਦੁੱਖ ਦਾ ਪੀਰੀਅਡ ਸੀ ਨਾ, ਉਹ ਅਸੀਂ ਜਿਹੜਾ 4 ਜਣੇ ਦਾ ਫੈਮਿਲੀ ਮੈਂਬਰ ਦੇ, ਅਸੀਂ 4 ਜਣੇ ਸੀ, ਉਹ ਸਾਨੂੰ ਪਤਾ ਕਿ ਅਸੀਂ ਕਿਵੇਂ ਕੱਟਿਆ. ਜੋ ਰੈਲਟੀ ਵੀ ਸੀ, ਪਰ ਅਸੀਂ ਉਹ 24 ਘੰਟੇ ਉਹੀ ਚੀਜ਼, 24 ਘੰਟੇ ਉਹੀ ਚੀਜ਼ ਦੇਖਣੀ, ਉਹ ਕਰਨੀ. ਸੰਦੀਪ ਤਾਂ ਉਹਨੂੰ ਜੂਝ ਹੀ ਰਿਹਾ ਸੀ, ਪਤਾ ਨਹੀਂ ਸੀ ਕਦੋਂ ਉੱਠੂਗਾ ਕਿ ਨਹੀਂ ਉੱਠੂਗਾ. ਅਤੇ ਬਹੁਤ ਮੁਸ਼ਕਿਲ ਸੀ ਉਹ ਪੀਰੀਅਡ. ਓਕੇ, ਜੇਕਰ ਨੋਰਮਲ ਗੱਲ ਕਰੀਏ, ਮਦਰ ਅਤੇ ਫਾਦਰ ਨਾਲ ਜ਼ਿਆਦਾ ਅਟੈਚ ਕਿਹਦੇ ਨਾਲ ਹੋ ਤੁਸੀਂ? ਈਵਨ ਕਰਨ ਤੋਂ ਪਹਿਲਾਂ ਉਹਨੂੰ ਫੋਨ ਜਾਂਦਾ ਮੇਰਾ, ਮਾਰਨਿੰਗ 'ਚ ਉੱਠਦਿਆਂ ਸਾਰ ਪਹਿਲਾਂ ਭਾਜੀ ਕੋਲ ਫੋਨ ਜਾਂਦਾ, ਸੌਣ ਲੱਗਿਆ ਸੌਣ ਤੋਂ ਪਹਿਲਾਂ. ਦਿਨ 'ਚ ਜੇ ਸਾਡੀ 2 ਵਾਰੀ, ਮਿਨੀਮਮ 2 ਵਾਰੀ ਨਾ ਗੱਲ ਹੋਵੇ ਤਾਂ ਸਾਡਾ ਦਿਲ ਨਹੀਂ ਲੰਘਦਾ. ਅਸੀਂ ਦੋਵੇਂ ਦੋਸਤ ਹਾਂ, ਔਰ ਸੰਦੀਪ ਇੰਨਾ ਮੈਨੂੰ ਮਾਣ ਕਰਦਾ. ਅੱਜ ਵੀ ਸੰਦੀਪ ਜੇ ਇਹਨੇ 10 ਰੁਪਏ ਦੀ ਚੀਜ਼ ਖਰੀਦਣੀ ਹੈ ਨਾ, ਇਹ ਮੇਰੇ ਤੋਂ ਪੁੱਛ ਕੇ ਕਰਦਾ. ਮੈਂ ਇੱਦਾਂ ਦਾ ਭਰਾ, ਮੈਂ ਕਹਿੰਦਾ ਕਿਸੇ ਦਾ ਨਹੀਂ ਹੋਣਾ. ਨਹੀਂ, ਪਰ ਇਹ ਇੰਨਾ ਮਾਣ ਕਰਦਾ ਵੀ ਅੱਜ ਵੀ ਇੰਨਾ ਕਰਦਾ ਵੀ, ਜਿਵੇਂ ਸੰਦੀਪ ਨੇ ਦੱਸਿਆ ਕਿ ਵੀ ਇੰਨੀ ਜ਼ਿਆਦਾ ਇੱਜ਼ਤ ਦਿੰਦਾ ਉਹਦੇ, ਮੈਂ ਕਹਿੰਦਾ ਕਿ ਸਲੂਟ ਕਰਦਾ ਕਿ ਇੱਦਾਂ ਦੇ ਭਰਾ ਬਹੁਤ ਘੱਟ ਨੇ ਜੀ. ਤੇ ਜੇ ਹੁਣ ਗੱਲ ਕਰੀਏ ਮੂਵੀ ਦੀ, ਦਿਲਜੀਤ ਦੋਸਾਂਝ ਦੀ, ਤੁਹਾਡਾ ਫਸਟ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਤੇ ਮੂਵੀ ਬਣ ਰਹੀ ਹੈ ਔਰ ਦਿਲਜੀਤ ਦੋਸਾਂਝ ਉਹਦੇ ਚ ਪਲੇ ਕਰ ਰਹੇ ਆ? ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੁਐਸਚਨ ਹੈ, ਜਿਹੜਾ ਰਿਐਕਸ਼ਨ ਸੀ, ਇਹ ਸੀ ਕਿ ਜਦੋਂ ਮੈਨੂੰ ਪਹਿਲੀ ਵਾਰੀ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਤੋਂ ਮੂਵੀ ਬਣਾਉਣਾ ਚਾਹੁੰਦੇ ਹਾਂ. ਚਿਤਰਾਂਗਦਾ ਸਿੰਘ ਤੇ ਦੀਪਕ ਸਿੰਘ ਸੀ ਜਿਹੜੇ ਪਹਿਲਾਂ ਮੇਰੇ ਕੋਲ ਆਏ, ਉਹਨਾਂ ਦੋਵਾਂ ਨੇ, ਉਹ ਕੋ ਪ੍ਰੋਡਿਊਸਰ ਵੀ ਨੇ ਸਾਡੀ ਮੂਵੀ ਦੇ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੰਦੀਪ ਅਸੀਂ ਮੂਵੀ ਬਣਾਉਣਾ ਚਾਹੁੰਦੇ ਹਾਂ. ਮੈਂ ਪਹਿਲਾਂ ਨੋਰਮਲ ਗੱਲ ਜੀ ਹੋਈ ਅਤੇ ਕਹਿੰਦੇ ਕਿ ਚਿਤਰਾਂਗਦਾ ਤੁਹਾਡੇ ਨਾਲ ਗੱਲ ਕਰਨਗੇ. ਮੈਂ ਕਿਹਾ ਚਿਤਰਾਂਗਦਾ ਐਕਟਰੈਸ, ਬਿਕੋਜ਼ ਮੈਂ ਕਦੇ ਐਕਸਪੈਕਟ ਹੀ ਨਹੀਂ ਕੀਤਾ ਸੀ ਕਿ ਯਾਰ ਇੱਕ ਐਕਟਰੈਸ ਮੈਨੂੰ ਕਾਲ ਕਰੂਗੀ. ਦੈਨ ਉਹਨਾਂ ਨਾਲ ਗੱਲ ਹੋਈ, ਮੈਂ ਕਿਹਾ ਜੀ ਇਹ ਤਾਂ ਵੀ ਤੁਸੀਂ, ਪਹਿਲਾਂ ਤਾਂ ਮੈਂ ਯਕੀਨ ਹੀ ਨਹੀਂ ਕਰ ਰਿਹਾ ਕਿ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ. ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਕਹਿੰਦੇ ਕਿ ਮੈਂ ਇੰਗਲੈਂਡ ਸੀ, ਮੈਂ ਇੰਗਲੈਂਡ ਲਈ ਖੇਡ ਰਿਹਾ ਸੀ, ਅਤੇ ਕਹਿੰਦੇ ਕਿ ਨਹੀਂ ਸੀਰੀਅਸਲੀ ਅਸੀਂ ਫਿਲਮ ਬਣਾਉਣਾ ਚਾਹੁੰਦੇ ਹਾਂ ਤੁਹਾਡੇ 'ਤੇ, ਅਤੇ ਤੁਸੀਂ ਸਾਨੂੰ ਰਾਈਟਸ ਦਿਓ. ਮੈਂ ਕਿਹਾ ਠੀਕ ਹੈ ਜੀ, ਦੇ ਦਿੰਦੇ ਹਾਂ ਰਾਈਟਸ. ਅਤੇ ਫਿਰ ਮੈਂ ਉਹਨਾਂ ਨੂੰ ਆਪਣੀ ਜਿਹੜੀ ਲਾਈਫ ਦੀ ਸਟੋਰੀ ਸੀ, ਜਦੋਂ ਤੋਂ ਮੈਨੂੰ ਹੋਸ਼ ਸੰਭਾਲੀ ਆ ਅਤੇ ਜਦੋਂ ਤੱਕ ਮੈਂ ਸੀ ਇੰਗਲੈਂਡ, ਉਦੋਂ ਤੱਕ ਮੈਂ ਉਹਨਾਂ ਨੂੰ ਸਟੋਰੀ ਲਿਖ ਕੇ ਦਿੱਤੀ. ਦੈਨ ਉਸ ਤੋਂ ਬਾਅਦ ਫਿਰ ਸਾਡੀ ਸਟੋਰੀ ਉੱਤੇ ਕੰਮ ਸ਼ੁਰੂ ਹੋ ਗਿਆ. 2 ਸਾਲ ਸਾਡਾ ਸਟੋਰੀ ਉੱਤੇ ਹੀ ਕੰਮ ਚੱਲਦਾ ਰਿਹਾ. ਦੈਨ ਸਾਡੇ ਡਾਇਰੈਕਟਰ ਆਏ, ਫਿਰ ਉਹਨਾਂ ਨੂੰ ਕਾਫੀ ਜਾਣੇ ਅਸੀਂ ਨਾ ਹੀਰੋਜ਼ ਟਰਾਈ ਕਰ ਰਹੇ ਸੀ ਕਿਹੜੇ ਕਿਹੜੇ ਆ, ਬਟ ਮੇਰੀ ਨਾ ਪਹਿਲੀ ਜਿਹੜੀ ਚੋਇਸ ਸੀ ਜਦੋਂ ਤੋਂ ਉੜਤਾ ਪੰਜਾਬ ਆਈ ਆ ਭਾਜੀ ਦੀ, ਮੈਨੂੰ ਇਹ ਸੀ ਕਿ ਯਾਰ ਭਾਜੀ ਦਲਜੀਤ ਭਾਜੀ ਜਿਹੜੇ ਨੇ ਉਹ ਬਿਲਕੁਲ ਢੁੱਕਦੇ ਨੇ ਮੇਰੇ ਇੱਕ ਕਰੈਕਟਰ ਨੂੰ, ਕਿਉਂਕਿ ਮੈਂ ਹਮੇਸ਼ਾ ਚਾਹੁੰਦਾ ਸੀ ਕਿ ਕੋਈ ਐਵੇਂ ਦਾ ਬੰਦਾ ਆਵੇ, ਐਵੇਂ ਦਾ ਹੀਰੋ ਆਵੇ ਜਿਹੜਾ ਰੀਅਲ ਸਰਦਾਰ ਹੈ. ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਈ ਪੰਜਾਬੀ ਮੂਵੀਜ਼ ਦੇਖੋਗੇ, ਮਤਲਬ ਜਿਹੜੇ ਬੋਲੀਵੁੱਡ ਮੂਵੀ ਦੇਖੋਗੇ, ਜਿਹਦੇ ਵਿੱਚ ਸਰਦਾਰ ਬੰਦੇ ਹੁੰਦੇ ਬਟ ਉਹ ਰੀਅਲ ਜਿਹੇ ਨਹੀਂ ਲੱਗਦੇ, ਉਹ ਅਨਰੀਅਲ ਜਿਹਾ ਹੁੰਦਾ. ਈਵਨ ਤੁਸੀਂ ਸਿੰਘ ਇਜ਼ ਕਿੰਗ ਦੇਖ ਲਓ, ਅਕਸ਼ੇ ਕੁਮਾਰ ਪੰਜਾਬੀ ਹੈ ਜੀ, ਮਤਲਬ ਪੰਜਾਬੀ ਹੈ ਅਤੇ ਉਹ ਪੰਜਾਬੀ ਹੋ ਕੇ ਸਿੰਘ ਇਜ਼ ਕਿੰਗ ਦੇ ਵਿੱਚ ਉਹਨਾਂ ਨੇ ਕਈ ਜਗ੍ਹਾ 'ਤੇ ਤਾਂ ਬਹੁਤ ਵਧੀਆ ਪੱਗਾਂ ਬੰਨੀਆਂ ਨੇ, ਕਈ ਜਗ੍ਹਾ 'ਤੇ ਐਵੇਂ ਦੀਆਂ ਪੱਗਾਂ ਬੰਨੇ ਨੇ ਜਿਹੜਾ ਨਾ ਮਤਲਬ ਜੋਕ ਟਾਈਪ ਲੱਗਦਾ. ਮਤਲਬ ਮੈਂ ਉਹਨਾਂ ਦੇ ਕਰੈਕਟਰ ਨੂੰ ਨਹੀਂ ਕੁਛ ਕਹਿ ਰਿਹਾ, ਬਟ ਮੈਂ ਇੱਕ ਬਿੰਗ ਸਿੱਖ, ਬਿੰਗ ਸਰਦਾਰ ਮੈਂ ਪੱਗ ਬੰਨਦਾ. ਅਤੇ ਮੈਨੂੰ ਲੱਗਦਾ ਕਿ ਹੁਣ ਜੇ ਮੈਂ ਹੋਕੀ ਪਲੇਅਰ ਹਾਂ, ਹੁਣ ਮੈਂ ਜੇ ਕਿਸੇ ਨੂੰ ਹੋਕੀ ਖੇਡਦਾ ਦੇਖਾਂਗਾ, ਜੋ ਚੰਗਾ ਖੇਡੂਗਾ ਮੈਨੂੰ ਚੰਗਾ ਲੱਗੂਗਾ. ਜੋ ਆਰਟੀਫਿਸ਼ਲ ਜੀ ਹੋਕੀ ਹੁੰਦੀ, ਕਈ ਵਾਰੀ ਪੁਰਾਣੇ ਟਾਈਮ 'ਚ ਹੁੰਦੀ ਨਹੀਂ, ਮੇਲ ਮਿੱਤਲ ਹੋਣਾ ਜੇ ਟਾਈਮ ਉਹ ਇੱਕ ਸੀਨ ਆ, ਗੋਲਕੀਪਰ ਬਣੇ ਹੋਏ ਨੇ, ਜੇ ਉੱਦਾਂ ਦੀ ਹੋਕੀ ਖੇਡਦੇ ਹੁੰਦੇ ਨੇ ਅਤੇ ਫਿਰ ਉਹਦੇ 'ਚ ਪਤਾ ਲੱਗ ਜਾਂਦਾ ਕਿ ਯਾਰ ਇਹ ਥੋੜ੍ਹੀ ਫੇਕ ਆ. ਉੱਦਾਂ ਹੀ ਉਹ ਮੈਂ ਚਾਹੁੰਦਾ ਸੀ ਕਿ ਜਿਹੜਾ ਵੀ ਮੇਰਾ ਆਵੇ ਉਹ ਇੱਦਾਂ ਦਾ ਆਵੇ ਕਿ ਜਿਹੜਾ ਜੋਕ ਨਾ ਬਣੇ ਅਤੇ ਰੀਅਲ ਸਰਦਾਰ ਹੋਵੇ, ਅਤੇ ਮਤਲਬ ਲੋਕ ਉਸਦੇ ਨਾਲ ਅਟੈਚ ਹੋਣ ਕਿ ਕਹਿਣ ਯਾਰ ਵਾਕਈ ਇਹਨੇ ਸੰਦੀਪ ਦਾ ਕਰੈਕਟਰ ਕੀਤਾ. ਅਤੇ ਉਹ ਚੀਜ਼ ਹੋਈ ਆ. ਹੁਣ ਇਹ ਮੇਰੇ ਲਈ ਮੈਟਰ ਨਹੀਂ ਕਰਦਾ ਕਿ ਮੂਵੀ ਕਿੱਥੋਂ ਤੱਕ ਗਈ ਆ, ਬਹੁਤ ਵਧੀਆ ਗਈ ਆ, ਆਈ ਨੋ ਬਹੁਤ ਲੋਕਾਂ ਨੇ ਪਸੰਦ ਕੀਤੀ ਆ, ਯੰਗਸਟਰਸ ਬਹੁਤ ਇੰਸਪਾਇਰ ਹੋਏ ਨੇ, ਬਟ ਮੇਰੇ ਲਈ ਇਹ ਮੈਟਰ ਕਰਦਾ ਜੋ ਦਲਜੀਤ ਭਾਅ ਜੀ ਨੇ ਮੇਰਾ ਕਰੈਕਟਰ ਦਿਖਾ ਤਾ, ਉਹ ਮੇਰੇ ਲਈ ਮੈਟਰ ਕਰਦਾ.
ਤੁਹਾਡੇ ਲਈ ਦਿਲਜੀਤ ਫਸਟ ਚੋਇਸ ਸੀਗੀ ਕਿਉਂਕਿ ਉਹ ਰਿਅਲਿਸਟਿਕ ਲੱਗੇ, ਰਾਈਟ, ਆਰਟੀਫਿਸ਼ੀਅਲ ਨਾ ਲੱਗੇ, ਪਰ ਦਿਲਜੀਤ ਬਹੁਤ ਫਨੀ ਹੈ ਨਾ, ਇੱਕ ਬਾਇਓਪਿਕ ਕੀਤੀ ਉਹਨਾਂ ਨੇ, ਸੋ ਤੁਹਾਨੂੰ ਕਿੰਨਾ ਕੁ ਸਮਝਾਉਣਾ ਪਿਆ ਦਿਲਜੀਤ ਨੂੰ ਕਿ ਨਹੀਂ ਸੰਦੀਪ ਇੱਦਾਂ ਦਾ ਨਹੀਂ ਇੱਦਾਂ ਦਾ ਹੈ, ਉਹ ਇੱਦਾਂ ਨਹੀਂ ਇੱਦਾਂ ਸ਼ੋਟ ਮਾਰਦਾ? ਭਾਜੀ ਹਾਕੀ ਲਈ ਡੈਫੀਨੇਟਲੀ ਬਿਕਰਮ ਭਾਜੀ ਤੇ ਮੈਂ ਬਹੁਤ ਜ਼ਿਆਦਾ ਉਹਨਾਂ ਤੇ ਵਰਕਆਊਟ ਕੀਤਾ ਆ, ਉਹਨਾਂ ਨੇ ਜਿੰਨਾ ਅਸੀਂ ਵਰਕਆਊਟ ਕਰਾਇਆ ਉਸ ਤੋਂ ਜ਼ਿਆਦਾ ਹੀ ਉਹ ਕੈਪੇਬਲ ਰਹਿੰਦੇ ਸੀ ਕਿ ਹਮੇਸ਼ਾ ਉਹਨਾਂ ਨੂੰ ਹੁੰਦਾ ਸੀ ਕਿ ਨਹੀਂ ਮੈਂ ਜਿੰਨਾ ਤੁਸੀਂ ਸਿਖਾਓਗੇ ਮੈਂ ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੂੰਗਾ, ਉਹ ਵਾਕਈ ਉਹਨਾਂ ਕੋਲ ਹੈਗਾ, ਉਹਨਾਂ ਦਾ ਸਭ ਤੋਂ ਪਲੱਸ ਪੁਆਇੰਟ ਇਹ ਹੁੰਦਾ ਕਿ ਉਹ ਜਿੰਨਾ ਉਹ ਜੇ ਉਹਨਾਂ ਨੂੰ ਇੱਕ ਵਾਰੀ ਦੱਸ ਦਈਏ ਕਿ ਇਹ ਭਾਜੀ ਇਹ ਹਾਕੀ ਦੇ ਵਿੱਚ ਆਹ ਸਕਿੱਲ ਹੁੰਦਾ ਆ ਕਰਕੇ ਦਿਖਾ ਦਿੰਦੇ ਸੀ, ਸੈਕਿੰਡ ਟਾਈਮ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ, ਉਹ ਇੰਨੇ ਜ਼ਿਆਦਾ ਕਾਪੀ ਕਰਨ ਦੇ ਮਾਹਰ ਨੇ। ਅੱਛਾ। ਸੈਕਿੰਡਲੀ ਉਹ ਉਹਨਾਂ ਨੇ ਕਦੀ ਗੇਮ ਨਹੀਂ ਕੀਤੀ, ਦਲਜੀਤ ਭਾਜੀ ਦੇ ਫਾਦਰ ਹਾਕੀ ਪਲੇਅਰ ਰਹੇ ਨੇ, ਤਾਪਸੀ ਪੰਨੂ ਦੇ ਫਾਦਰ ਹਾਕੀ ਪਲੇਅਰ ਰਹੇ ਨੇ, ਅੰਗਦ ਭਾਜੀ ਜਿਹਨਾਂ ਦੇ ਭਾਜੀ ਦਾ ਰੋਲ ਕੀਤਾ ਉਹਨਾਂ ਦੇ ਫਾਦਰ ਦਾ ਤਾਂ ਕਹਿਣ ਦੀ ਮੈਨੂੰ ਲੋੜ ਵੀ ਨਹੀਂ, ਲੀਜੈਂਡ ਨੇ ਵਿਸ਼ਨ ਸਿੰਘ ਬੇਦੀ ਜੀ, ਸੋ ਤਿੰਨੋਂ ਸਪੋਰਟਸ ਫੈਮਿਲੀ ਤੋਂ ਨੇ। ਸੈਕਿੰਡਲੀ ਸਾਡਾ ਡਾਇਰੈਕਟਰ ਉਹ ਨੈਸ਼ਨਲ ਪਲੇਅਰ ਰਿਹਾ ਹਾਕੀ ਦਾ, ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਕੋ ਪ੍ਰੋਡਿਊਸਰ ਨੇ ਚਿਤਰਾਂਗਦਾ ਸਿੰਘ, ਉਹ ਸਪੋਰਟਸ ਫੈਮਿਲੀ ਤੋਂ ਨੇ, ਸੋ ਇੱਕ ਸਪੋਰਟਸ ਕਲਚਰ ਵੀ ਸੀ ਸਾਡੀ ਫਿਲਮ ਦੇ ਵਿੱਚ। ਮਤਲਬ ਹਾਕੀ ਸਿਖਾਉਣ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜੋ ਰੀਅਲ ਲਾਈਫ ਦੀਆਂ ਸੀਗੀਆਂ ਅਤੇ ਸਿਖਾਉਣੀਆਂ ਪਈਆਂ? ਹਾਕੀ ਤੋਂ ਇਲਾਵਾ ਕਾਫੀ ਕੁਛ ਸੀ, ਜਿਹੜਾ ਮੈਂ ਉਹਨਾਂ ਨੂੰ ਦੱਸਦਾ ਰਹਿੰਦਾ ਹੁੰਦਾ ਸੀ, ਭਾਜੀ ਪੁੱਛਦੇ ਵੀ ਰਹਿੰਦੇ ਸੀ ਜਦੋਂ ਸ਼ੂਟ ਹੁੰਦਾ ਸੀ, ਮੈਂ ਸ਼ੂਟ 'ਤੇ ਰਹਿੰਦਾ ਸੀ, ਸੈੱਟ 'ਤੇ ਰਹਿੰਦਾ ਸੀ, ਉਹ ਮੈਨੂੰ ਹਮੇਸ਼ਾ ਇਹ ਕਹਿੰਦੇ ਸੀ ਕਿ ਭਾਜੀ ਵੀ ਮੈਂ ਆਹ ਸੀਨ ਕਰਾਂਗਾ, ਜੇ ਤੁਹਾਨੂੰ ਲੱਗੇ ਕਿ ਇਹ ਚੀਜ਼ ਨਹੀਂ ਹੋਈ ਜਾਂ ਇਹ ਚੀਜ਼ 'ਚ ਇਹ ਬਦਲਾਵ ਆ, ਤੁਸੀਂ ਜਸਟ ਮੈਨੂੰ ਦੱਸ ਦਿਓ, ਬਾਕੀ ਤੁਸੀਂ ਆਹ ਸੀਨ ਹੋਣਾ ਆ, ਆਹ ਸੀਨ ਦੇ ਵਿੱਚ ਦੱਸੋ ਮੈਂ ਕਿੱਦਾਂ ਐਕਟ ਕਰਾਂ। ਭਾਜੀ ਪੁੱਛਦੇ ਰਹਿੰਦੇ ਸੀ, ਡਾਇਰੈਕਟਰ ਸਾਨੂੰ ਪੁੱਛਦਾ ਰਹਿੰਦਾ ਸੀ, ਭਾਜੀ ਨੂੰ ਪੁੱਛਦਾ ਰਹਿੰਦਾ ਸੀ, ਅਸੀਂ ਉਸੇ ਦੱਸਦੇ ਸੀ, ਅਸੀਂ ਮਤਲਬ ਪੂਰਾ ਪ੍ਰੋਪਰ ਸੈੱਟ 'ਤੇ ਰਹੇ। ਜੀ, ਅਸੀਂ ਯੈਸ ਕਹਿੰਦੇ ਸੀ ਦੋਵੇਂ ਭਰਾ, ਇੱਕ ਇਹ ਫੀਲਡ 'ਚ ਖੜਾ ਹੁੰਦਾ ਸੀ, ਮੈਂ ਪਿੱਛੇ ਜਿਹੜਾ ਹੁੰਦਾ ਕੈਮਰਾ ਉੱਥੇ ਹੁੰਦਾ ਸੀ, ਜਦੋਂ ਅਸੀਂ ਦੋਵੇਂ ਭਰਾ ਯੈਸ ਕਹਿੰਦੇ ਸੀ ਉਸ ਤੋਂ ਬਾਅਦ ਡਾਇਰੈਕਟਰ ਅਗਲਾ ਸੀਨ ਬਣਾਉਂਦਾ ਸੀ, ਨਹੀਂ ਤਾਂ ਅਸੀਂ ਜਦ ਤੱਕ ਅਸੀਂ ਯੈਸ ਨਹੀਂ ਕਰਦੇ ਸੀ ਉਹ ਸੀਨ ਦੁਬਾਰਾ ਰੀਟੇਕ ਵੀ ਹੋ ਜਾਂਦਾ ਸੀ। ਮਤਲਬ ਦਿਲਜੀਤ ਦੋਸਾਂਝ ਸਿੰਗਿੰਗ ਦੇ ਨਾਲ ਹੁਣ ਸ਼ਾਟ ਵੀ ਮਾਰ ਸਕਦਾ ਹਾਕੀ, ਬਹੁਤ ਵਧੀਆ ਹਾਕੀ ਇਸ ਟਾਈਮ, ਉਹ ਲਾਸਟ 'ਚ ਬਹੁਤ ਵਧੀਆ ਹਾਕੀ ਖੇਡਣ ਲੱਗ ਗਏ ਸੀ। ਜੀ, ਫਨੀ ਮੈਮਰੀ ਤੁਹਾਡੀ ਉਹਨਾਂ ਨਾਲ ਜੋ ਤੁਹਾਨੂੰ ਯਾਦ ਹੋਵੇ? ਨਹੀਂ, ਕਲੋਲਾਂ ਤਾਂ ਕਰਦੇ ਨਹੀਂ, ਵੀ ਬਹੁਤ ਵਧੀਆ ਇਨਸਾਨ ਆ, ਉਹਨੂੰ ਫਨੀ ਮੈਮਰੀ ਤਾਂ ਹਰ ਚੀਜ਼ 'ਚ ਉਹਨਾਂ ਸੀ, ਉਹਨੂੰ ਕਈ ਵਾਰ ਰਾਤ ਨੂੰ ਇੱਕ ਦਿਨ ਰਾਤ ਨੂੰ ਨਾ ਬਹੁਤ ਟਾਈਮ ਲੇਟ ਹੋ ਗਏ, ਸਾਡੇ ਇੱਕ ਸੀਨ ਸੀ, ਸਾਰੇ ਜਣੇ ਖੜੇ ਹਾਂ ਅਤੇ ਭਾਜੀ ਨੂੰ ਮੈਨੂੰ ਠੰਡ ਲੱਗ ਰਹੀ ਸੀ ਅਤੇ ਭਾਜੀ ਕਹਿੰਦੇ ਯਾਰ ਜੇ ਫਟਾਫਟ ਖਤਮ ਕਰਾ ਬਾਕੀ ਗੱਲ ਕਰ ਲਈ। ਭਾਜੀ ਭਾਜੀ ਦੇ ਨਾ ਹਰ ਗੱਲ ਦੇ ਵਿੱਚ ਨਾ ਮਤਲਬ ਰਿਐਲਿਟੀ ਹੁੰਦੀ ਹੈ, ਬਟ ਲੋਕਾਂ ਨੂੰ ਲੱਗਦਾ ਕਿ ਥੋੜ੍ਹੇ ਫਨੀ ਨੇ, ਬਟ ਉਹਨਾਂ ਦਾ ਜੋ ਮੂਵੀ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲਦਾ ਸੇਮ ਕਰੈਕਟਰ ਉਹਨਾਂ ਦਾ ਨੇਮ ਨੋਰਮਲ ਲਾਈਫ 'ਚ ਆ, ਕੋਈ ਇੱਦਾਂ ਦਾ ਨਹੀਂ ਹੈ ਕਿ ਉਹ ਐਰੋਗੈਂਟ ਨੇ ਜਾਂ ਉਹ ਸ਼ੋ ਆਫ ਵਾਲੇ ਨੇ ਜਾਂ ਉਹਨਾਂ ਦੇ ਮਾਇੰਡ ਦੇ ਵਿੱਚ ਡਿਫਰੈਂਟ ਆ, ਉਹ ਵੈਰੀ ਡਾਊਨ ਟੂ ਅਰਥ, ਹੈਲਪਫੁੱਲ। ਮੈਂ ਸਟਿਲ ਰਿਮੈਂਬਰ ਉਹਨਾਂ ਨੇ ਨਾ ਸੀ ਉੱਥੇ ਜਿੰਨੇ ਵੀ ਜਿਹੜੇ ਹੈਲਪਰ ਨੇ ਚਾਹ ਟੀ ਕੌਫੀ ਵਗੈਰਾ ਦਿੰਦੇ ਨਾ ਸੈੱਟ 'ਤੇ, ਉਹ ਕਹਿੰਦੇ ਉਹਨਾਂ ਦੇ ਵਿੱਚੋਂ ਬਰਥਡੇ ਸੀ ਕਿਸੇ ਦਾ, ਬਰਥਡੇ ਕਹਿੰਦੇ ਕਿ ਚਲੋ ਪੂਰਾ ਸੈੱਟ ਜਦੋਂ ਆਪਾਂ ਸ਼ੂਟ ਕਰ ਲਾਂਗੇ ਦੈਨ ਉਹਨਾਂ ਨੇ ਸੈਲੀਬ੍ਰੇਟ ਵੀ ਕੀਤਾ, ਉਹਨਾਂ ਨੇ ਉਹਨਾਂ ਦਾ ਬਰਥਡੇ ਵੀ ਉਹਨਾਂ ਦਾ ਕੀਤਾ। ਉਸ ਤੋਂ ਬਾਅਦ ਉਹ ਹਮੇਸ਼ਾ ਉਹਨਾਂ ਨੂੰ ਹੁੰਦਾ ਸੀ ਕਿ ਯਾਰ ਇੱਕ ਦਿਨ ਮੀਂਹ ਪੈ ਰਿਹਾ ਸੀ, ਮੋਹਾਲੀ ਦੀ ਗੱਲ ਆ, ਕ੍ਰਿਕਟ ਸਟੇਡੀਅਮ ਦੇ ਓਪੋਜ਼ਿਟ ਜਿਹੜਾ ਹਾਕੀ ਸਟੇਡੀਅਮ ਆ, ਅਤੇ ਉੱਥੇ ਸ਼ੂਟ ਕਰ ਰਹੇ ਸੀ ਅਤੇ ਮੀਂਹ ਪੈ ਰਿਹਾ ਸੀ ਅਤੇ ਸਾਡਾ ਸ਼ੂਟ ਥੋੜ੍ਹੇ ਦਿਨ ਹੀ ਰੁਕ ਗਿਆ ਕਿਉਂਕਿ ਠੰਡ ਬਹੁਤ ਸੀ, ਮਾਈਨਸ ਇੱਕ ਦੋ ਟੈਂਪਰੇਚਰ ਵੀ ਸੀ, ਅਤੇ ਉਸ ਠੰਡ ਦੇ ਵਿੱਚ ਉਹਨਾਂ ਨੇ ਸ਼ੂਟ ਕਰਦੇ ਕਰਦੇ ਉਹ ਬਿਲਕੁਲ ਬ੍ਰੇਕ ਲਈ, ਅਤੇ ਬ੍ਰੇਕ ਅਸੀਂ ਸਾਰੇ ਜਾਣੇ ਇਕੱਠੇ ਹੀ ਪੌੜੀਆਂ 'ਚ ਬੈਠੇ ਹਾਂ, ਇਹ ਨਹੀਂ ਕਿ ਹੀ ਇਜ਼ ਅ ਹੀਰੋ ਜਾਂ ਉਹ, ਸਾਰੇ ਉੱਥੇ ਹੀ ਸਾਡੇ ਕੈਮਰਾਮੈਨ, ਉੱਥੇ ਹੀ ਸਾਡੇ ਜਿਹੜੇ ਚਾਹ ਪਿਆਉਂਦੇ ਨੇ, ਸਾਰੇ ਜਣੇ ਬੈਠੇ ਹਾਂ, ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਜੋਕ ਸੁਣਾ ਰਹੇ ਹਾਂ। ਸੋ ਜੇ ਕੋਈ ਇੱਦਾਂ ਨੋਰਮਲੀ ਬਾਲੀਵੁੱਡ ਸਟਾਰ ਹੋਵੇ ਤਾਂ ਉਹ ਤਾਂ ਬੈਠਦਾ ਵੀ ਨੂੰ ਕਹਿੰਦਾ ਮੈਂ ਤਾਂ ਵੈਨਿਟੀ ਮੈਨ 'ਚ ਜਾਣਾ। ਸੋ ਵੈਰੀ ਡਾਊਨ ਟੂ ਅਰਥ, ਉਹਨਾਂ ਦੀ ਪਿੱਠ ਸੁਣਦੀ ਆ, ਜੋ ਟੀ ਵੀ ਦੇ ਸਾਹਮਣੇ ਨੇ, ਸਕਰੀਨ ਦੇ ਸਾਹਮਣੇ ਨੇ, ਉਹੀ ਚੀਜ਼ ਪਿੱਛੇ। ਉਹਨਾਂ ਨੇ ਸੰਦੀਪ ਜੇ ਵੱਡਾ ਭਾਅ ਜੀ ਕਹਿੰਦੇ ਸੀ ਮੈਂ ਭਾਅ ਜੀ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮੈਨੂੰ ਭਾਅ ਜੀ ਕਿਹਾ, ਅਤੇ ਉਹ ਲਾਸਟ ਦਿਨ ਵੀ ਕਹਿੰਦੇ ਰਹਿੰਦੇ ਕਿ ਮੈਂ ਤੁਸੀਂ ਤੁਹਾਡੇ ਵਰਗਾ ਵੱਡਾ ਭਰਾ ਮੈਨੂੰ ਮਿਲੇ, ਅਤੇ ਉਹ ਉਹਨਾਂ ਨੇ ਕੋਈ ਵੀ ਗੱਲ ਕਰਨੀ ਆ ਨਾ ਕਿਸੇ ਦੀ ਪਾਸੇ ਪੋਜ਼ਿਟਿਵ ਹੀ ਕਰਨੀ ਆ, ਉਹਨੇ ਮੈਂ ਉਸ ਬੰਦੇ ਨੂੰ ਕਿਸੇ ਵੀ ਇਨਸਾਨ ਨੂੰ ਨੈਗੇਟਿਵ ਗੱਲ ਕਰਦੇ ਕਦੀ ਵੀ ਨਹੀਂ ਵੇਖਿਆ, ਨਾ ਉਹਨਾਂ ਦੇ ਸਾਹਮਣੇ ਨਾ ਉਹਨਾਂ ਦੇ ਪਿੱਠ ਪਿੱਛੇ, ਵੀ ਉਹ ਇੰਨਾ ਕੁ ਜਿਵੇਂ ਸੰਦੀਪ ਪੋਜ਼ਿਟਿਵ ਹੈ ਨਾ, ਉਹ ਵੀ ਬਹੁਤ ਪੋਜ਼ਿਟਿਵ એનર્ਜੀ ਵਾਲਾ ਇਨਸਾਨ ਆ, ਬਹੁਤ ਜ਼ਿਆਦਾ। ਤੁਸੀਂ ਦਿਲਜੀਤ ਤੋਂ ਕੀ ਗ੍ਰੈਬ ਕੀਤਾ? ਉਹਨਾਂ ਨੇ ਤਾਂ ਤੁਹਾਨੂੰ ਸਿੱਖਿਆ ਕਿ ਇਦਾਂ ਸ਼ਾਟ ਮਾਰਦੇ ਆ, ਇਦਾਂ ਚਾਲ ਆ ਇਹ ਜ਼ਿੰਦਗੀ ਇਹਨਾਂ ਦੀ, ਪਰ ਤੁਸੀਂ ਦਿਲਜੀਤ ਤੋਂ ਕੀ ਗ੍ਰੈਬ ਕੀਤਾ? ਮੈਂ ਉਹਨਾਂ ਤੋਂ ਇੱਕ ਮਿਹਨਤ, ਅੱਛਾ, ਇੱਕ ਉਹ ਉਹਨਾਂ ਤੋਂ ਇੱਕ ਮਿਹਨਤ, ਉਹ ਮਿਹਨਤ ਬਹੁਤ ਮਿਹਨਤੀ ਬੰਦਾ ਤੇ ਇੱਕ ਪੋਜ਼ਿਟਿਵਿਟੀ ਸਾਡੇ ਵਿੱਚ ਹੈਗੀ ਆ, ਪਰ ਉਹਨਾਂ ਦੀ ਜਿਹੜੀ ਜਿਵੇਂ ਸੰਦੀਪ ਦੱਸਿਆ ਨਾ ਕਿ ਇੱਕ ਵਾਰ ਰੀਟੇਕ ਕਰਦੇ ਸੀ ਸ਼ਾਰਪ, ਜਿਹੜੀ ਉਹਨਾਂ ਦੀ ਸ਼ਾਰਪ ਪੋਜ਼ਿਟਿਵ ਸ਼ਾਰਪਨੈਸ ਆ, ਉਹ ਲੱਗਿਆ ਕਿ ਜਿਵੇਂ ਵੀ ਕੋਈ ਵੀ ਚੀਜ਼ ਕਰਨੀ ਉਹਦੇ ਵਾਸਤੇ ਉਹ ਨਾ ਨਹੀਂ ਕਰਦੇ ਸੀ, ਅਤੇ ਉਹ ਅਸੀਂ ਵੀ ਨਹੀਂ ਕਰਦੇ, ਪਰ ਇਹ ਕਿ ਉਹਨਾਂ ਕੋਲ ਸਿੱਖਿਆ ਕਿ ਮੇਨ ਪੋਜ਼ਿਟਿਵਿਟੀ ਉਹਨਾਂ ਦੀ ਬਹੁਤ ਆ ਕਿ ਹੋਰ ਪੋਜ਼ਿਟਿਵ ਹੋਈ ਅਸੀਂ। ਤੁਸੀਂ ਕੀ ਸਿੱਖਿਆ, ਕੋਈ ਫਨੀ ਚੀਜ਼ ਜੋ ਸਿੱਖੀ?
ਤੇ ਜੇ ਗੁੱਸੇ ਦੀ ਗੱਲ ਕਰੀਏ ਤੁਹਾਨੂੰ ਕਿੰਨਾ ਕੁ ਗੁੱਸਾ ਆਉਂਦਾ ਮੈਨੂੰ ਗੁੱਸਾ ਡਿਫਰੈਂਟ ਲੈਵਲ ਦਾ ਆਉਂਦਾ ਬਾਕੀ ਅਗਰ ਮੈਂ ਕਰੂੰਗਾ ਗੱਲ ਤੇ ਚੰਗਿਆ ਨਹੀਂ ਭਾਜੀ ਮੇਰੇ ਬਾਰੇ ਦੱਸ ਸਕਦੇ ਨੇ ਇਹਨੂੰ ਕਦੀ ਵੀ ਇਸ ਗੱਲ ਐਂ ਕਦੀ ਕਦੀ ਸੰਦੀਪ ਕਦੀ ਗੁੱਸਾ ਨਹੀਂ ਕਰਦਾ ਪਰ ਅਗਰ ਇਹਦੇ ਕੋਈ ਝੂਠ ਬੋਲੇ ਜਾਂ ਇਹਨੂੰ ਕੋਈ ਵੀ ਇਹਦੇ ਨਾਲ ਜਿਵੇਂ ਮੰਨ ਲਓ ਕੋਈ ਆਪਾਂ ਕਹਿ ਸਕਦੇ ਨਾ ਕਿ ਫਰੇਬ ਕਰੇ ਤੇ ਇਹ ਉਹਨੂੰ ਬਖਸ਼ਦਾ ਨਹੀਂ ਹੈ ਇਹ ਕਹਿੰਦਾ ਕਿ ਫਿਰ ਜਾਂ ਮੈਂ ਨਹੀਂ ਅਤੇ ਜਾਂ ਤੂੰ ਨਹੀਂ ਵੈਸੇ ਇਹ ਕਿਸੇ ਨੂੰ ਤੰਗ ਨਹੀਂ ਕਰਦਾ ਪਰ ਇਹਨੂੰ ਇੱਕ ਝੂਠ ਤੋਂ ਅਤੇ 420 ਤੋਂ ਬਹੁਤ ਨਫ਼ਰਤ ਆ ਨਾ ਇਹ ਆਪ ਝੂਠ ਬੋਲਦਾ ਅਤੇ ਨਾ ਇਹ ਕਿਸੇ ਦਾ ਝੂਠ ਬਰਦਾਸ਼ਤ ਕਰਦਾ ਵੈਸੇ ਵੀ ਸਪੋਰਟਸ ਪਰਸਨ ਦੇ ਵਿੱਚ ਗੁੱਸਾ ਨਹੀਂ ਹੋਣਾ ਚਾਹੀਦਾ ਮੇਰਾ ਸਵਾਲ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਹਰਭਜਨ ਸਿੰਘ ਜੋ ਕ੍ਰਿਕਟ ਦੇ ਵਿੱਚ ਇੱਕ ਬੋਲਰ ਨੇ ਬਹੁਤ ਵਧੀਆ ਆਪਣੇ ਸ਼ਹਿਰ ਜਲੰਧਰ ਦੇ ਸ਼੍ਰੀ ਸੰਦ ਦੇ ਚਪੇੜ ਮਾਰਦੇ ਸੀਗੇ ਇੱਕ ਮੈਚ ਦੇ ਵਿੱਚ ਨੋਰਮਲ ਇਨਸਾਨ ਦੀ ਜੇ ਤੁਸੀਂ ਆਪਾਂ ਬੈਠੇ ਹਾਂ ਨਾ ਸਾਡੀ ਮੈਕਸ 65 ਹੋਏਗੀ ਆਪਾਂ ਗੱਲ ਕਰ ਰਹੇ ਹਾਂ 70 ਟੱਚ ਕਰ ਜੂਗੀ ਜਦੋਂ 160-150 ਤੋਂ ਉੱਤੇ ਜਦੋਂ ਆਪਣੀ ਹਾਰਟ ਬੀਟ ਸ਼ੁਰੂ ਹੋ ਗਈ ਆਪਣੇ ਅੰਦਰ ਨੈਚੁਰਲੀ ਜਿਹੜੇ ਬਲੱਡ ਸਰਕੂਲੇਸ਼ਨ ਆ ਉਹ ਤੇਜ਼ ਹੋ ਜਾਂਦਾ ਉਹਦੇ 'ਚ ਜੋ ਕੰਮ ਹੋ ਜਾਂਦਾ ਤੁਸੀਂ ਇੱਕ ਜੇ ਮੈਂ ਪੁਲਿਸ 'ਚ ਵੀ ਹਾਂ ਜੇ ਤੁਸੀਂ ਇੱਕ ਚੀਜ਼ ਨੋਟ ਕਰੋ ਪੁਲਿਸ 'ਚ ਇੱਕ ਡੈਫੀਨੇਸ਼ਨ ਲਿਖੀ ਹੋਈ ਆ IPC ਦੇ ਵਿੱਚ ਕਿ ਜੇ ਕੋਈ ਬੰਦਾ ਮਾਰੇਗਾ ਇਮੀਜੀਏਟਲੀ ਤੁਸੀਂ ਮੇਰੇ 'ਤੇ ਵਾਰ ਕੀਤਾ ਮੈਂ ਇਮੀਜੀਏਟਲੀ ਵਾਰ ਕੀਤਾ ਉਹਦੇ 'ਚ ਜੇ ਤੁਹਾਡੀ ਡੈਥ ਹੋ ਜਾਂਦੀ ਆ ਉਹ ਕ੍ਰਾਈਮ ਨਹੀਂ ਮੰਨਿਆ ਜਾਏਗਾ ਕਿਉਂਕਿ ਉਹ ਸੈਲਫ ਡਿਫੈਂਸ ਲਈ ਆ ਜੇ ਗਰਾਊਂਡ ਦੇ ਵਿੱਚ ਇਮੀਜੀਏਟਲੀ ਕੋਈ ਐਵੇਂ ਦਾ ਰਿਐਕਸ਼ਨ ਹੁੰਦਾ ਆ ਇਟ ਸੀਮਸ ਟੂ ਬੀ ਕਿ ਇਹ ਮਤਲਬ ਗਰਮੀ 'ਚ ਹੋਇਆ ਗਰਾਊਂਡ ਦੀ ਜਾਂ ਗੇਮ ਦੀ ਜੇ ਤੁਸੀਂ ਬਾਹਰ ਜਾ ਕੇ ਤੁਹਾਨੂੰ ਸੋਚ ਕੇ ਮਾਰੋਗੇ ਉਹ ਕ੍ਰਾਈਮ ਆ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇੱਕ ਸਪੋਰਟਸ ਪਰਸਨ ਹੋ ਠੀਕ ਹੈ ਉਹ ਬੋਲਿੰਗ ਕਰ ਰਹੇ ਮੈਂ ਭਾਜੀ ਦੀ ਡਿਫੈਂਸ ਨਹੀਂ ਕਰ ਰਿਹਾ ਮੈਂ ਭਾਜੀ ਦੀ ਡਿਫੈਂਸ ਨਹੀਂ ਕਰਦਾ ਬਟ ਮੈਂ ਇਹ ਕਹਾਂਗਾ ਕਿ ਇਹ ਚੀਜ਼ਾਂ ਜਿਹੜੀਆਂ ਨਾ ਜਿੰਨਾ ਮਰਜ਼ੀ ਕੂਲ ਹੋ ਜਾਏ ਗਰਾਊਂਡ 'ਚ ਜਦੋਂ ਤੱਕ ਤੁਹਾਡੇ ਅੰਦਰ ਇੱਕ ਗੁੱਸਾ ਇੱਕ ਜਨੂਨ ਨਹੀਂ ਹੁੰਦਾ ਨਾ ਕੁਛ ਨਾ ਕੁਛ ਕੋਈ ਤਾਂ ਗਲਤੀ ਹੋਈ ਹੋਣੀ ਹੈ ਨਾ ਸ਼੍ਰੀ ਕਿਸ਼ਾਨ ਤੋਂ ਤਾਂ ਹੀ ਉਹਨਾਂ ਨੇ ਕੁਛ ਕੀਤਾ ਆ ਕੋਈ ਐਵੇਂ ਦਾ ਸਲੈਂਗ ਕੀਤੀ ਹੋਣੀ ਕੋਈ ਐਵੇਂ ਦਾ ਵਰਡ ਜਿਹੜਾ ਪਬਲਿਕਲੀ ਕਿਸੇ ਨੂੰ ਨਹੀਂ ਪਤਾ ਵੀ ਕੀ ਹੋਇਆ ਸੀ ਕਿਉਂਕਿ ਕਿਸੇ ਨੇ ਓਪਨ ਨਹੀਂ ਕੀਤਾ ਇੰਨਾ ਪਤਾ ਕਿ ਭਾਜੀ ਨੇ ਥੱਪੜ ਮਾਰਿਆ ਉਹ ਕਿਉਂ ਮਾਰਿਆ ਕੋਈ ਰੀਜ਼ਨ ਹੋਇਆ ਹੋਊਗਾ ਐਵੇਂ ਤਾਂ ਕੋਈ ਕਿਸੇ ਨੂੰ ਮਾਰਦਾ ਨਹੀਂ ਆ ਉਹ ਰੀਜ਼ਨ ਕੀ ਸੀ ਉਹ ਰੱਬ ਜਾਣਦਾ ਜਾਂ ਉਹ ਦੋਨੋਂ ਜਾਣਦੇ ਨੇ ਬਟ ਇਹ ਹੈ ਕਿ ਗੁੱਸਾ ਤਾਂ ਹੀ ਆਉਂਦਾ ਆ ਜਦੋਂ ਬੰਦਾ ਇੱਕ ਜਨੂਨ ਵਾਲਾ ਕੋਈ ਸੱਚਾ ਹੋਵੇ ਹੁਣ ਭਾਜੀ ਨੇ ਕੋਈ ਨਾ ਕੋਈ ਉਹਦੇ ਝੂਠ ਬੋਲਿਆ ਹੋਣਾ ਬਟ ਇਹ ਹੈ ਕਿ ਸਪੋਰਟਸਮੈਨ ਲਈ ਗੁੱਸਾ ਕਰਨਾ ਮੈਂ ਮੰਨਦਾ ਇਹ ਠੀਕ ਗੱਲ ਨਹੀਂ ਹੈ ਬਟ ਔਨ ਦਾ ਫੀਲਡ ਜਦੋਂ ਤੱਕ ਤੁਹਾਡੇ ਅੰਦਰ ਗੁੱਸਾ ਨਹੀਂ ਆਊਗਾ ਜਨੂਨ ਨਹੀਂ ਆਊਗਾ ਇੱਕ ਅੰਦਰੋਂ ਪਾਵਰ ਨਹੀਂ ਆਊਗੀ ਨਾ ਤੁਸੀਂ ਸਪੋਰਟਸ ਖੁੰਦਕ ਖੁੰਦਕ ਦਾ ਦੂਜਾ ਨਾਂ ਗੁੱਸਾ ਹੀ ਹੈ ਜਦੋਂ ਖੁੰਦਕ ਕਰਦੇ ਹੋ ਨਾ ਗੁੱਸਾ ਕਰਦੇ ਹੋ ਤੁਸੀਂ ਉਹਨੂੰ ਪੋਜ਼ਿਟਿਵ ਵਿੱਚ ਲੈ ਕੇ ਜਾਂਦੇ ਹੋ ਨਾ ਉਹ ਜਿੰਨੇ ਵੀ ਤੁਸੀਂ ਦੇਖੋ ਕਦੀ ਵੀ ਕੋਈ ਵੀ ਸਪੋਰਟਸ ਦਾ ਚੈਨਲ ਨੇ ਉੱਥੇ ਤੁਸੀਂ ਕੋਈ ਕ੍ਰਿਕਟ ਦਾ ਜਾਂ ਹਾਕੀ ਜਾਂ ਫੁੱਟਬਾਲ ਦਾ ਤੁਹਾਨੂੰ ਜਦੋਂ ਐਡ ਦਿਖਦੀ ਹੈ ਉਹ 'ਚ ਕਿੰਨਾ ਗੁੱਸੇ ਵਾਲੇ ਸਾਰੇ ਵਿਖਾਉਂਦੇ ਨੇ ਉਹਨੇ ਬੈਟ ਉਹਨੇ ਸ਼ੋਟ ਮਾਰਿਆ ਅਤੇ ਗੁੱਸੇ 'ਚ ਆਇਆ ਉਹਨੇ ਹਾਕੀ ਦਾ ਫਲਿੱਕ ਮਾਰਿਆ ਅਤੇ ਉਹਦਾ ਕਿੰਨੇ ਉਹਦੀ ਇੰਪ੍ਰੈਸ਼ਨ ਕਿੰਨੇ ਗੁੱਸੇ ਵਾਲੇ ਹੁੰਦੇ ਨੇ ਕਿਉਂਕਿ ਜਦੋਂ ਵੀ ਤੁਸੀਂ ਗੇਮ ਕਰਦੇ ਹੋ ਨਾ ਤੁਹਾਨੂੰ ਗੁੱਸਾ ਚੜ੍ਹੀ ਜਾਂਦਾ ਬੰਦੇ ਨੂੰ ਨਾ ਉਹ ਸੰਦੀਪ ਵਾਲੀ ਗੱਲ ਕਿ ਉਹਦੇ 'ਚ ਬੀਟਸ ਉਹ ਇਹ ਨਹੀਂ ਕਿ ਗੁੱਸਾ ਤਾਂ ਹੀ ਆਇਆ ਕਿ ਮੈਂ ਇੱਕ ਦੂਜੇ ਨੂੰ ਮਾਰ ਦੇਣਾ ਉਹਨੂੰ ਇਹ ਗੁੱਸਾ ਹੁੰਦਾ ਕਿ ਮੈਂ ਆਪਣੀ ਜਿਹੜੀ ਪਰਫੋਰਮੈਂਸ ਆ ਉਹ ਬੈਸਟ ਕਰਨੀ ਆ ਉਹਦੇ ਨਾਲ ਉਹਦੇ ਹੋ ਜਾਂਦੀ ਆ ਉਹਦਾ ਜਿਹੜਾ ਬਲੱਡ ਪ੍ਰੈਸ਼ਰ ਉਹ ਵਧੀਆ ਹੁੰਦਾ ਬਸ ਸੰਦੀਪ ਨੂੰ ਤਾਂ ਨਹੀਂ ਕਦੀ ਇੰਨਾ ਗੁੱਸਾ ਆਏਗਾ ਦਲੀਪ ਟਿਰਕੀ ਜਿਹੜੇ ਇੰਡੀਅਨ ਹਾਕੀ ਟੀਮ ਦੇ ਐਕਸ ਕੈਪਟਨ ਨੇ ਉਹਨਾਂ ਨੇ ਮੈਨੂੰ ਉਹਨਾਂ ਤੋਂ ਮੈਂ ਇੱਕ ਚੀਜ਼ ਸਿੱਖੀ ਆ ਕਿ ਗੁੱਸਾ ਆਏਗਾ ਗੁੱਸਾ ਤੁਸੀਂ ਪੀਣਾ ਹੈ ਉਹ ਗੁੱਸੇ ਨੂੰ ਤੁਸੀਂ ਆਪਣੇ ਕੰਮ ਦੇ ਨਾਲ ਜਵਾਬ ਦੇਣਾ ਆਪਣੇ ਬੋਡੀ ਨਾਲ ਆਪਣੇ ਫਿਜ਼ੀਕਲੀ ਨਾਲ ਨਹੀਂ ਜਵਾਬ ਦੇਣਾ ਤੁਸੀਂ ਗੇਮ ਕਰੋ ਗੇਮ 'ਚ ਕੱਢੋ ਗੁੱਸਾ ਗੇਮ 'ਚ ਚੰਗਾ ਖੇਡੋ ਉਸ ਤੋਂ ਬਾਅਦ ਜੇ ਤੁਸੀਂ ਗੋਲ ਜਿਵੇਂ ਮੈਂ ਡਰੈਕ ਫਲਿੱਕ ਕਰਦਾ ਤਾਂ ਮੈਂ ਜੇ ਮੈਂ ਡਰੈਕ ਫਲਿੱਕ ਕਰਾਂਗਾ ਗੋਲ ਕਰਾਂਗਾ ਡੈਫੀਨੇਟਲੀ ਸਾਹਮਣੇ ਦਾ ਮੂੰਹ ਬੰਦ ਹੋ ਜਾਊਗਾ ਉਹ ਅਗਲੀ ਵਾਰੀ ਬੋਲਣ ਜੋਗੇ ਰਹਿਣਗੇ ਨਹੀਂ ਸੋ ਉੱਦਾਂ ਦੀ ਚੀਜ਼ ਕਰੋ ਜਿਹਦੇ ਨਾਲ ਸਾਹਮਣੇ ਵਾਲਾ ਖੁਦ ਹੀ ਸ਼ਰਮਿੰਦਾ ਹੋ ਕੇ ਪਿੱਛੇ ਹਟੋ ਤੁਹਾਡਾ ਕੰਮ ਬੋਲੇ ਤੁਸੀਂ ਨਾ ਬੋਲੋ ਹਾਂਜੀ ਜੀ ਹੁਣ ਜੇ ਗੱਲ ਕਰੀਏ ਨਸ਼ੇ ਦੀ ਪੰਜਾਬ 'ਚ ਨਸ਼ਾ ਬਹੁਤ ਵੱਧ ਰਿਹਾ ਅਤੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਨਸ਼ੇ ਦੇ ਉੱਪਰ ਬੀਇੰਗ ਅ ਸਪੋਰਟਸਮੈਨ ਨਸ਼ੇ ਲਈ ਮੈਂ ਤਾਂ ਕਹਾਂਗਾ ਜੀ ਸਭ ਤੋਂ ਮਾੜੀ ਗੱਲ ਆ ਜੀ ਆਪਣੇ ਫੈਮਿਲੀ ਵੱਲ ਆਪਣੇ ਪੇਰੈਂਟਸ ਵੱਲ ਆਪਣੇ ਮਾਂ ਪਿਓ ਵੱਲ ਦੇਖੋ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਨਸ਼ਾ ਫੈਮਿਲੀ ਨੂੰ ਖਰਾਬ ਕਰਦਾ ਤੁਹਾਨੂੰ ਖਰਾਬ ਕਰਦਾ ਤੁਸੀਂ ਨਸ਼ਾ ਜੇ ਕਰੋਗੇ ਤਾਂ ਤੁਹਾਡਾ ਕੁਛ ਨਹੀਂ ਜਾਣਾ ਐਂਡ ਆਫ ਦਾ ਡੇ ਮਾਈਟ ਵੀ ਤੁਹਾਡੀ ਡੈਥ ਹੋ ਜਾਵੇ ਮਾਈਟ ਵੀ ਤੁਸੀਂ ਬਿਲਕੁਲ ਹੀ ਖਤਮ ਹੋ ਜਾਓ ਬਟ ਪਿੱਛੇ ਜਿਹੜੇ ਬੈਠੇ ਨੇ ਤੁਹਾਡੇ ਮਾਂ ਪਿਓ ਤੁਹਾਡੇ ਭੈਣ ਭਰਾ ਉਹ ਖਤਮ ਨੇ ਪਲੱਸ ਤੁਸੀਂ ਨਸ਼ੇ ਨੂੰ ਬਚਾਉਣ ਲਈ ਇੱਕੋ ਚੀਜ਼ ਸਭ ਤੋਂ ਵਧੀਆ ਸਪੋਰਟਸ ਫੜੋ ਐਂਡ
ਸਭ ਤੋਂ ਜ਼ਿਆਦਾ ਹੈ ਕਿ ਤੁਸੀਂ ਉਸ ਸੰਗਤ ਤੋਂ ਦੂਰ ਰਹੋ ਜਿਹੜਾ ਉਹ ਨਸ਼ਾ ਕਰਦੀ ਹੈ। ਜੇ ਸੰਗਤ ਕੋਈ ਨਸ਼ਾ ਕਰਦੀ ਵੀ ਆ, ਤੁਸੀਂ ਆਪਣੇ ਫਰੈਂਡਸ ਕੋਲ ਆਪਣੇ ਪੇਰੈਂਟਸ ਨਾਲ ਡਿਸਕਸ਼ਨ ਕਰੋ, ਆਪਣੇ ਸੀਨੀਅਰਸ ਨਾਲ, ਆਪਣੇ ਟੀਚਰਸ ਨਾਲ, ਕਿ ਉਹਨਾਂ ਨੂੰ ਵੀ ਉਹਨਾਂ ਦਾ ਨਸ਼ਾ ਛਡਾਇਆ ਜਾਏ। ਐਸੀ ਗੱਲ ਨਹੀਂ ਆ ਕਿ ਉਹ ਨਸ਼ਾ ਨਹੀਂ ਛੱਡ ਸਕਦੇ, ਅੱਜ ਦੇ ਟਾਈਮ 'ਚ ਕੁਛ ਵੀ ਹੋ ਸਕਦਾ, ਐਵਰੀਥਿੰਗ ਇਜ਼ ਪੋਸੀਬਲ, ਓਨਲੀ ਥਿੰਗ ਇਜ਼ ਕਿ ਤੁਸੀਂ ਗਿਵ ਅਪ ਨਹੀਂ ਕਰਨਾ। ਤੁਸੀਂ ਗਿਵ ਅਪ ਛੱਡਣ ਲਈ ਤੁਸੀਂ ਉਸ ਚੀਜ਼ ਨੂੰ ਛੱਡ ਸਕਦੇ ਹੋ, ਤੁਸੀਂ ਨਸ਼ੇ ਨੂੰ ਤੋਂ ਦੂਰ ਹੋ ਸਕਦੇ ਹੋ। ਓਨਲੀ ਥਿੰਗ ਤੁਹਾਡੇ ਅੰਦਰ ਡੈਡੀਕੇਸ਼ਨ ਹੋਣੀ ਚਾਹੀਦੀ। ਤੁਸੀਂ ਆਪਣੇ ਆਪ ਨਾਲ ਜਿੱਦਣ ਲੜਨਾ ਸਿੱਖ ਜਾਓਗੇ, ਤੁਸੀਂ ਕਿਸੇ ਨੂੰ ਵੀ ਹਰਾ ਸਕਦੇ ਹੋ। ਭਾਈ, ਨਸ਼ੇ ਦੀ ਗੱਲ ਕਰਦੇ ਹਾਂ, ਭਗਤ ਸਿੰਘ ਇੱਕ ਅਜਿਹਾ ਸਰਦਾਰ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ, ਆਜ਼ਾਦੀ ਦਵਾਈ ਉਹਨੇ ਸਾਨੂੰ। ਖਟਕੜ ਕਲਾਂ ਦੇ ਵਿੱਚ ਸਾਡੇ ਪ੍ਰੋਗਰਾਮ ਅਸੀਂ ਸ਼ੂਟ ਕੀਤਾ, ਸੁਣੋ ਸਰਪੰਚ ਸਾਹਿਬ, ਉਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਨੌਜਵਾਨ ਜੋ ਉੱਥੋਂ ਦੇ ਨੇ ਸ਼ਰੇਆਮ ਨਸ਼ਾ ਕਰ ਰਹੇ ਨੇ, ਟੀਕੇ ਲਗਾ ਰਹੇ ਨੇ ਨਸ਼ੇ ਦੇ। ਕਾਰਨ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਇੱਕ ਸਪੋਰਟਸ ਗਰਾਊਂਡ ਨਹੀਂ ਹੈ, ਜਿਸ ਕਰਕੇ ਸਾਨੂੰ ਇਹ ਕਦਮ ਚੱਕਣੇ ਪੈ ਰਿਹਾ। ਸੋ ਤੁਸੀਂ ਕਿੰਨੂ ਕਸੂਰਵਾਰ ਮੰਨਦੇ ਹੋ ਗਵਰਨਮੈਂਟ ਨੂੰ ਕਿ ਇੰਨੇ ਸਾਲ ਵੀ ਹੋ ਗਏ ਅਤੇ ਭਗਤ ਸਿੰਘ ਦੇ ਪਿੰਡ 'ਚ ਇੱਕ ਗਰਾਊਂਡ ਨਹੀਂ? ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਇੱਥੇ ਜੀ, ਮੈਂ ਪੋਲੀਟੀਸ਼ੀਅਨ ਤਾਂ ਹੈ ਨਹੀਂ, ਬਟ ਮੈਂ ਤੁਹਾਨੂੰ ਇੱਕ ਚੀਜ਼ ਸਿੰਪਲ ਜੀ ਗੱਲ ਦੱਸ ਦਿੰਦਾ। ਜਦੋਂ ਸਾਡੇ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ, ਸਾਡੇ ਉੱਥੇ ਗਰਾਸ ਸੀ ਜੀ, ਠੀਕ ਹੈ, ਐਸਟ੍ਰੋਟਫ ਹਾਕੀ ਦੀ ਐਸਟ੍ਰੋਟਫ ਆ। ਮੈਂ 4 ਸਾਲ ਪਹਿਲਾਂ ਡਰੈਕ ਫਲਿਕ ਗਰਾਸ 'ਤੇ ਕੀਤੀ ਆ। ਜੇ ਮੈਂ ਕਹਿੰਦਾ ਇਹ ਐਕਸਕਿਊਜ਼ ਲੈਂਦਾ ਕਿ ਯਾਰ ਮੇਰੇ ਕੋਲ ਤਾਂ ਐਸਟ੍ਰੋਟਫ ਹੈ ਨਹੀਂ, ਮੈਂ ਕਿੱਦਾਂ ਡਰੈਕ ਫਲਿਕ ਕਰਾਂਗਾ, ਮੈਂ ਖੇਤਾਂ ਦੇ ਵਿੱਚ ਵੀ ਕਰਦਾ ਰਿਹਾ। ਹੁਣ ਪੰਜਾਬ 'ਚ ਖੇਤਾਂ ਨਹੀਂ ਮੁੱਕੇ, ਜੇ ਤੁਸੀਂ ਭੱਜ ਸਕਦੇ ਹੋ, ਤੁਸੀਂ ਹਰਿਆਣੇ 'ਚ ਜਾਓ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਤੁਸੀਂ ਪਾਣੀਪਤ ਤੋਂ ਰੋਹਤਕ ਵਾਲੀ ਜਿਹੜੀ ਰੋਡ ਆ ਉਸ 'ਤੇ ਚੱਲ ਜਾਓ, ਪਾਣੀਪਤ ਤੋਂ ਦਿੱਲੀ ਰੋਡ 'ਤੇ ਚੱਲ ਜਾਓ, ਤੁਹਾਨੂੰ ਹਾਈਵੇ 'ਤੇ ਪਲੇਅਰ ਭੱਜਦੇ ਦਿਖਣਗੇ, ਉਹ ਸਾਰੇ ਆਰਮੀ ਦੀ ਤਿਆਰੀ ਕਰ ਰਹੇ ਨੇ। ਹੁਣ ਜੇ ਕਿਸੇ ਕੋਲ ਗਰਾਊਂਡ ਹੈ ਨਹੀਂ, ਇਟ ਮੀਨਸ ਕਿ ਉਹ ਗੇਮ ਨਾ ਕਰੇ, ਨਸ਼ਾ ਫੜ ਲਏ, ਇਹ ਸਾਰਾ ਆਪਣੇ ਅੰਦਰ ਆ। ਇਹ ਤੁਸੀਂ ਆਪਣੇ ਆਪ ਨੂੰ ਤੁਸੀਂ ਇੱਕ ਐਕਸਕਿਊਜ਼ ਦੇ ਰਹੇ ਹੋ, ਐਕਸਕਿਊਜ਼ ਦੇ ਰਹੇ ਹੋ ਕਿ ਮੈਂ ਨਸ਼ਾ ਕਰਾਂ, ਕਿਉਂਕਿ ਨਸ਼ਾ ਤੁਹਾਨੂੰ ਸਿੰਪਲੀ ਈਜ਼ੀਲੀ ਮਿਲ ਜਾਂਦਾ। ਆਪਣੇ ਇੰਡੀਆ ਦੇ ਵਿੱਚ ਇੰਨਾ ਕੋਈ, ਭਾਵੇਂ ਪਿੰਡ ਦਾ ਬੱਚਾ ਹੋਵੇ, ਭਾਵੇਂ ਸ਼ਹਿਰੀ ਬੱਚਾ ਹੋਵੇ, ਜਿਹੜੀ ਚੀਜ਼ ਉਹਨਾਂ ਨੂੰ ਈਜ਼ੀਲੀ ਮਿਲ ਜਾਂਦੀ ਉਹਨੂੰ ਐਕਸੈਪਟ ਕਰ ਲੈਂਦੇ ਨੇ। ਹਰ ਕੋਈ ਚਾਹੁੰਦਾ ਕਿ ਮੈਂ ਸ਼ਾਰਟਕੱਟ ਦੇ ਵਿੱਚ ਫੇਮ 'ਚ ਆ ਜਾਂ, ਹਰ ਕੋਈ ਚਾਹੁੰਦਾ ਮੈਂ ਮਤਲਬ ਨਸ਼ਾ ਕਰਾਂ, ਉਹ ਨਸ਼ੇ ਤੋਂ ਬਾਅਦ ਉਹਨਾਂ ਦੀ ਸੁਰਤ ਭੁੱਲ ਜਾਂਦੀ ਹੈ, ਉਹ ਕੋਈ ਸੋਚ ਹੀ ਨਹੀਂ ਸਕਦੇ। ਪਰ ਜੇਕਰ ਈਜ਼ੀਲੀ ਗਰਾਊਂਡ ਮਿਲ ਜਾਓ, ਕਹਿੰਦੇ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ, ਇੱਕ ਬੱਚਾ ਜਾਏਗਾ ਗਰਾਊਂਡ 'ਚ, ਦੂਜਾ ਵੀ ਜਾਏਗਾ। ਐਸੀ ਗੱਲ ਤਾਂ ਹੈ ਨਹੀਂ ਕਿ ਕੋਈ ਸਕੂਲ ਦੇ ਵਿੱਚ ਗਰਾਊਂਡ ਨਾ ਹੋਵੇ, ਜੀ ਜੀ, ਮੈਂ ਹੋ ਹੀ ਨਹੀਂ ਸਕਦਾ ਜੀ, ਭਾਵੇਂ ਸਰਕਾਰੀ ਸਕੂਲ ਹੋਵੇ, ਭਾਵੇਂ ਕੋਈ ਹੋਵੇ, ਗਰਾਊਂਡ ਹੋਏ ਨਾ। ਵੈਸੇ ਵੀ ਪਿੰਡ 'ਚ ਇੱਕ ਜਗ੍ਹਾ ਹੁੰਦੀ ਆ ਜਿਹੜੀ ਸਰਕਾਰੀ ਹੁੰਦੀ ਆ, ਉਹ ਇੱਕ ਗਰਾਊਂਡ ਹੁੰਦਾ, ਉਹਨੂੰ ਠੀਕ ਕਰਨਾ ਇਹਨਾਂ ਦਾ ਆਪਣਾ ਕੰਮ ਆ, ਥੋੜ੍ਹਾ ਠੀਕ ਕਰਨਾ, ਮਿੱਟੀ ਪਾ ਕੇ ਉਹਨੂੰ ਥੋੜ੍ਹਾ ਸੈੱਟ ਕਰ ਸਕਦੇ ਨੇ ਟਰੈਕਟਰ ਨਾਲ। ਔਰ ਕਹਿੰਦੇ ਨੇ ਜਿਹੜੀ ਹਰਡਲਸ ਹੁੰਦੀਆਂ ਨਾ ਉਹ ਹਮੇਸ਼ਾ ਲੂਜ਼ਰ ਵਾਸਤੇ ਹੁੰਦੀਆਂ ਨੇ, ਅਤੇ ਜਿਹੜੇ ਵਿਨਰਸ ਹੁੰਦੇ ਨਾ ਉਹ ਕਦੀ ਵੀ ਹਰਡਲਸ ਨੂੰ ਹਰਡਲਸ ਨਹੀਂ ਮੰਨਦੇ, ਉਹ ਕਹਿੰਦੇ ਨੇ ਕਿ ਇਹ ਇੱਕ ਮੇਰਾ ਪੜਾਵ ਹੈ, ਮੈਨੂੰ ਟੱਪਣਾ ਆਪਣੀ ਮੰਜ਼ਿਲ ਆਪ ਬਣਾ। ਹਾਂਜੀ ਹਾਂਜੀ। ਅਤੇ ਜੇ ਅਸੀਂ ਗੱਲ ਕਰੀਏ ਹੁਣ ਜਿਹੜੀ ਲੇਟੈਸਟ ਕੰਟਰੋਵਰਸੀ ਹੋਈ ਹੈ ਦਲਜੀਤ ਢਿੱਲੋਂ ਦੇ ਨਾਲ, ਉਹ ਵੀ ਇੱਕ ਹਾਕੀ ਪਲੇਅਰ ਰਹੇ ਆ, ਉਹਨਾਂ ਦਾ ਵੀ ਬੇਸਿਕ ਜੋ ਮੁੱਦਾ ਸੀ ਉਹ ਨਸ਼ਾ ਹੀ ਸੀ, ਕਿ ਨਸ਼ੇ ਕਰਕੇ ਵੀ, ਹਾਲਾਂਕਿ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਵਾਇਰਲ ਹੋਈ ਕਿ ਉਹ ਲੇਡੀ ਦਾ ਕਹਿਣਾ ਸੀ ਕਿ ਮੇਰੇ ਘਰ ਵਾਲੇ ਨੇ ਹੀ ਲਵਾਇਆ ਮੈਂ ਨਸ਼ੇ 'ਤੇ, ਬਟ ਉਸ ਚੀਜ਼ ਦਾ ਹਾਲੇ ਤੱਕ ਕੋਈ ਐਂਡ ਨਹੀਂ ਨਿਕਲਿਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਜਿੰਨਾ ਮੈਂ ਦਲਜੀਤ ਭਾਅ ਜੀ ਨੂੰ ਜਾਣਦਾ ਹਾਂ ਕਿ ਹਾਕੀ ਕੈਰੀਅਰ 'ਚ ਮੈਂ ਉਹਨਾਂ ਤੋਂ ਤਾਂ ਬਹੁਤ ਜੂਨੀਅਰ ਹਾਂ, ਭਾਅ ਜੀ ਵੀ ਉਹਨਾਂ ਤੋਂ ਜੂਨੀਅਰ ਨੇ, ਬੇਸਿਕਲੀ ਉਹਨਾਂ ਦਾ ਜਿੰਨਾ ਉਹਨਾਂ ਨੇ ਹਾਕੀ ਲਈ ਕੀਤਾ ਆ, ਜਿੰਨਾ ਮੈਂ ਹਾਕੀ ਦਾ ਉਹਨਾਂ ਦਾ ਕੈਰੀਅਰ ਜਾਣਦਾ ਹਾਂ ਬਿਫੋਰ ਪੁਲਿਸ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ, ਮੈਨੂੰ ਨਹੀਂ ਲੱਗਦਾ ਕਿ ਉਹ ਐਵੇਂ ਦੇ ਕੋਈ ਸਰਕਟ 'ਚ ਜਾਂ ਐਵੇਂ ਦੇ ਕਿਸ ਚੀਜ਼ 'ਚ ਹੋਣਗੇ, ਬਟ ਜਿਹੜੇ ਪਹਿਲਾਂ ਹੀ ਨਸ਼ੇ 'ਚ ਲੱਗ ਚੁੱਕੇ ਨੇ, ਜਿੰਨਾ ਜੇ ਉਹਦੇ ਬਿਆਨ ਆ ਗਏ, ਤੁਸੀਂ ਦੱਸ ਰਹੇ ਹੋ ਕਿ ਉਹਦੇ ਹਸਬੈਂਡ ਨੇ ਉਹਨੂੰ ਨਸ਼ੇ 'ਤੇ ਲਾਇਆ, ਅਤੇ ਇਹ ਭਾਅ ਜੀ ਦਾ ਫਿਰ ਵਿੱਚ ਕੀ ਰੋਲ? ਉਹੀ ਕਹਿ ਰਹੀ ਕਿ ਹਾਲੇ ਤੱਕ ਇਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਛੋਟੀ ਜਿਹੀ ਗੱਲ ਕਹਾਂਗਾ, ਤੁਸੀਂ ਪੂਰੇ ਆਪਣੇ, ਚਲੋ ਪੰਜਾਬ ਹਰਿਆਣਾ ਆਪਣੇ ਨੌਰਥ ਸਾਈਡ ਲੈ ਲਓ, ਆਪਣੇ ਕਿੰਨੇ ਪਲੇਅਰ ਪੁਲਿਸ 'ਚ ਨੇ, ਅਤੇ ਮੈਨੂੰ ਲੱਗਦਾ ਪੰਜਾਬ ਪੁਲਿਸ ਤਾਂ ਪਿੱਛੋਂ 50 ਸਾਲ ਤੋਂ ਹੀ ਇੰਡੀਆ ਦੀ ਸਪੋਰਟ ਸ਼ੁਰੂ ਹੋਈ ਆ। ਪ੍ਰਗਟ ਸਿੰਘ ਭਾਅ ਜੀ ਤੋਂ ਮੈਂ ਜਾਣਦਾ, ਉਸ ਤੋਂ ਪਿੱਛੇ ਵੀ ਹੁੰਦੇ ਹੋਣਗੇ, ਮੈਂ ਤਾਂ ਪ੍ਰਗਟ ਭਾਅ ਜੀ ਨੂੰ ਜਾਣਦਾ, ਜੱਦੀ ਸੁਰਤ ਸੰਭਾਲੀ ਆ। ਅੱਜ ਤੱਕ ਕਦੀ ਵੀ ਕਿਸੇ ਪਲੇਅਰ 'ਤੇ ਇੱਦਾਂ ਦਾ ਲਾਂਛਨ ਨਹੀਂ ਲੱਗਿਆ, ਠੀਕ ਹੈ। ਹੁਣ ਸਮ ਹਾਓ ਕੀ ਪੋਲੀਟੀਕਲ ਚੀਜ਼ਾਂ ਹੋਈਆਂ ਨੇ ਸਾਨੂੰ ਇਹਦੇ ਬਾਰੇ ਨਹੀਂ ਪਤਾ, ਪਰ ਜਿੰਨਾ ਕੁ ਅਸੀਂ ਐਜ਼ ਏ ਪਰਸਨ ਜਾਣਦੇ ਹਾਂ, ਐਜ਼ ਏ ਸਪੋਰਟਸ ਪਰਸਨ, ਇਹ ਨਹੀਂ ਦਲਜੀਤ ਭਾਅ ਜੀ ਕੋਈ ਵੀ ਇੱਦਾਂ ਦਾ ਕੰਮ ਨਹੀਂ ਕਰ ਸਕਦਾ, ਇੱਦਾਂ ਦੇ ਨਸ਼ਿਆਂ 'ਚ ਨਹੀਂ ਜਾ ਸਕਦਾ। ਸਗੋਂ ਅਕੈਡਮੀ ਜਿਹੜੀ ਉਹਨਾਂ ਦੀ ਹੈਗੀ ਹੈ, ਕੁੜੀਆਂ ਦੀ, ਉਹਨਾਂ ਨੂੰ ਹਾਕੀ ਸਿਖਾਉਂਦੇ ਨੇ। ਤੁਹਾਡੇ ਹੀ ਚੈਨਲ 'ਤੇ ਮੈਂ ਦੈਨਿਕ ਸਵੇਰਾ ਦੇ ਉੱਤੇ ਮੈਂ ਦੇਖਿਆ ਉਹਨਾਂ ਦਾ ਕੁੜੀਆਂ ਦਾ ਉਹ ਕਰਦੇ ਹੋਏ, ਟ੍ਰੇਨਿੰਗ ਦਿੰਦੇ ਹੋਏ। ਸੋ ਜਿਹੜਾ ਬੰਦਾ ਕੁੜੀਆਂ ਦੀ ਟ੍ਰੇਨਿੰਗ ਕਰਾ ਸਕਦਾ, ਜਿਹੜਾ ਬੰਦਾ ਉਹਨਾਂ ਦੀ ਅਕੈਡਮੀ ਖੋਲ ਸਕਦਾ, ਉਹਨਾਂ ਨੂੰ ਹਾਕੀ ਵਧਾਉਣ ਲਈ ਕਰ ਸਕਦਾ, ਉਹ ਬੰਦਾ ਇਸ ਚੀਜ਼ 'ਚ ਜਾ ਹੀ ਨਹੀਂ ਸਕਦਾ। ਮੈਂ ਵੀ ਸਪੋਰਟਸਮੈਨ ਹਾਂ, ਮੈਨੂੰ ਪਤਾ, ਮੈਂ ਹੁਣ ਕਈ ਸਾਲਾਂ ਤੋਂ ਮੈਂ ਵੈਜੀਟੇਰੀਅਨ ਹਾਂ, ਮੈਂ ਮੇਰਾ ਦਿਲ ਹੀ ਨਹੀਂ ਕਰਦਾ ਨੋਨ ਵੈਜ ਖਾਣ ਨੂੰ, ਮੈਂ ਜਦਕਿ ਗੇਮ ਟਾਈਮ ਜਦੋਂ ਮੈਂ ਪਿਓਰ ਇੰਡੀਅਨ ਟੀਮ 'ਚ ਖੇਡ ਰਿਹਾ ਸੀ, ਮੈਂ ਪਿਓਰ ਨੋਨ ਵੈਜ ਖਾਂਦਾ।
ਆਪ ਤਾਂ ਕੀ ਜਾਏਗਾ? ਕਿਉਂਕਿ ਜਦੋਂ ਅਸੀਂ ਇਹ ਸਾਨੂੰ ਇਹ ਜਦੋਂ ਸਾਨੂੰ ਨਿਊਜ਼ ਪਤਾ ਲੱਗੀ ਸੀ ਅਸੀਂ ਸ਼ੌਕਡ ਸੀ, ਕਿਉਂਕਿ ਐਜ਼ ਏ ਪਰਸਨ ਬਲਜੀਤ ਸਿੰਘ ਢਿੱਲੋਂ ਭਾਅ ਜੀ, ਉਹਨਾਂ ਦਾ ਛੋਟਾ ਭਰਾ ਇੱਧਰ ਜੀ, ਉਹ ਵੀ ਇੱਕ ਬਹੁਤ ਚੰਗੀ ਹਾਕੀ ਖੇਡੇ ਨੇ, ਉਹ ਦੋ ਓਲੰਪਿਕ ਖੇਡੇ ਨੇ ਉਹਨਾਂ ਨੂੰ, ਬਹੁਤ ਜ਼ਿਆਦਾ ਚੰਗੀ, ਔਰ ਉਹ ਬੜੇ ਲੋਕਾਂ ਦੇ ਆਈਡੀਅਲ ਸੀ ਅਤੇ ਇਹਨਾਂ ਦੀ ਪੂਰੀ ਫੈਮਿਲੀ, ਉਹ ਦੋਵੇਂ ਭਰਾ ਆਈਡੀਅਲ ਸੀ, ਇਹ ਚੀਜ਼ ਉਹ ਗਲਤੀ ਨਾਲ ਵੀ ਨਹੀਂ ਕਰ ਸਕਦੇ। ਸਾਡਾ ਤਾਂ ਇਹ ਹੈ ਕਹਿਣਾ ਕਿ ਸ਼ਾਇਦ ਨਹੀਂ ਇੱਦਾਂ ਦਾ ਕੰਮ ਹੈ, ਜਿਹੜੀ ਵੀ ਕਾਰਵਾਈ ਹੈ ਉਹ ਜੈਨੂਇਨ ਹੋਣੀ ਚਾਹੀਦੀ ਹੈ, ਕਿਉਂਕਿ ਜੈਨੂਇਨ ਕਾਰਵਾਈ ਹੋਊਗੀ ਡੈਫੀਨੇਟਲੀ ਇਹ ਕਲੀਨ ਚਿੱਟ ਨਿਕਲਣਗੇ ਵਿੱਚੋਂ। ਸਰਦਾਰ ਸਿੰਘ ਨੇ ਰੀਸੈਂਟਲੀ ਮਤਲਬ ਰਿਟਾਇਰਮੈਂਟ ਲੈ ਲਈ ਹੈ ਹੁਣ ਹੋਕੀ ਟੀਮ ਤੋਂ, ਅਤੇ ਕਿਹਾ ਜਾ ਰਿਹਾ ਉਹਨਾਂ ਵੱਲੋਂ ਕਿ ਮੈਨੂੰ ਮੈਂਟਲੀ ਮਤਲਬ ਡਿਪਰੈਸ਼ਨ ਨਹੀਂ ਚਾਹੀਦਾ ਜਾਂ ਸਟ੍ਰੈਸ ਨਹੀਂ ਚਾਹੀਦਾ, ਤਾਂ ਕਰਕੇ ਮੈਂ ਹੁਣ ਦੂਰ ਹੋਇਆ। ਇਹਦੇ ਬਾਰੇ ਕੀ ਤੁਸੀਂ ਸੋਚਦੇ ਹੋ? ਚੰਗੀ ਸਰਵਿਸ ਦਿੱਤੀ ਉਹਨਾਂ ਨੇ ਇੰਡੀਅਨ ਟੀਮ ਨੂੰ, ਇੰਡੀਆ ਦੇ ਲਈ ਉਹਨਾਂ ਨੇ 12 ਸਾਲ ਖੇਡਿਆ, ਸੋ ਮੈਂ ਉਹਨਾਂ ਦਾ ਕਾਫੀ ਕਲੋਜ਼ ਵੀ ਹਾਂ, ਸਾਡੇ ਡਿਪਾਰਟਮੈਂਟ 'ਚ ਵੀ ਨੇ ਉਹ, ਸੋ ਵਧੀਆ ਗੱਲ ਆ। ਉਹਨਾਂ ਦੀ ਸੋਚ ਜਿਹੜੀ ਆ ਕਿ ਉਹ ਯੰਗਸਟਰਸ ਉੱਤੇ ਆ, ਜਿਹੜੇ ਜਿੰਨੇ ਕੁ ਮੈਂ ਆਰਟੀਕਲ ਪੜ੍ਹ ਰਿਹਾ ਉਹਨਾਂ ਦੇ ਬਾਰੇ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੋਚਿੰਗ ਲਾਈਨ 'ਚ ਵੀ ਆਉਣਾ ਚਾਹੁੰਦਾ, ਸੋ ਗੁੱਡ ਥਿੰਗ ਹੈ ਐਵੇਂ ਦੇ ਪਲੇਅਰ ਅੱਗੇ ਆਉਣਗੇ, ਕੋਚ ਬਣਨਗੇ, ਸੋ ਇੰਡੀਆ ਦਾ ਭਵਿੱਖ ਆ ਜਿਹੜਾ ਉਹ ਹੋਰ ਬ੍ਰਾਈਟ ਹੋਊਗਾ। ਸੋ ਬਟ ਇਹ ਹੈ ਕਿ ਐਕਸਪੈਕਟ ਨਹੀਂ ਸੀ ਕਿ ਉਹ ਇੰਨੀ ਮਤਲਬ ਵਰਲਡ ਕੱਪ ਦਾ, ਤਾਂ ਇਹ ਸੀ ਕਿ ਵਰਲਡ ਕੱਪ ਤਾਂ ਖੇਡਣਗੇ, ਬਟ ਵਰਲਡ ਕੱਪ ਤੋਂ ਪਹਿਲਾਂ ਰਿਜ਼ਾਈਨ ਕਰਨਾ, ਰਿਟਾਇਰਮੈਂਟ ਲੈਣਾ, ਅਤੇ ਇਹ ਥੋੜ੍ਹਾ ਜਿਹਾ ਸ਼ੌਕਿੰਗ ਸੀ ਮੇਰੇ ਲਈ। ਬਟ ਕਹਿੰਦੇ ਨਾ ਕਿ ਕਦੀ ਵੀ ਚੀਜ਼ ਲੇਟ ਨਹੀਂ ਹੁੰਦੀ, ਜੋ ਵੀ ਕਰਦੇ ਆ ਔਨ ਟਾਈਮ ਹੋਣਾ ਚਾਹੀਦਾ। ਸੋ ਉਹਨਾਂ ਨੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਲੱਗਦਾ ਕਿ ਥੋੜ੍ਹਾ ਹੋਰ ਖੇਡ ਸਕਦੇ ਸੀਗੇ ਇੰਡੀਆ। ਉਹ ਤਾਂ ਹਰ ਪਲੇਅਰ 'ਚ ਆਉਂਦਾ ਹੁੰਦਾ ਜੀ, ਕਿ ਕੋਈ ਵੀ ਪਲੇਅਰ ਨੂੰ ਪੁੱਛ ਲਓਗੇ ਉਹ ਤਾਂ ਇਹੀ ਕਹੂਗਾ ਕਿ ਮੈਂ ਵੀ 2 ਸਾਲ ਹੋਰ ਖੇਡ ਲੈਂਦਾ ਵਧੀਆ ਸੀ। ਬਟ ਇਹ ਆ ਕਿ ਆਪਣੇ ਆਪ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਸਟੈਂਡ ਕਰਦਾ, ਮੈਂ ਕਿਹੜੀ ਕੁ ਜਗ੍ਹਾ 'ਤੇ ਹਾਂ, ਉਹ ਉਹਨਾਂ ਨੂੰ ਪਤਾ ਹੋਣਾ ਕਿ ਮੈਂ ਮੇਰੀ ਗੇਮ ਕਿੰਨੀ ਕੁ ਲੈਵਲ ਦੀ ਰਹਿ ਗਈ ਹੈ ਜਾਂ ਮੈਂ ਕਿੰਨੇ ਕੁ ਲੈਵਲ ਦੀ ਫਿਟਨੈਸ ਹੈ, ਸੋ ਉਸ ਹਿਸਾਬ ਨਾਲ ਬੰਦਾ ਡਿਸੀਜਨ ਲੈਂਦਾ। ਅਤੇ ਜੇ ਨਿਊ ਜਨਰੇਸ਼ਨ ਦੀ ਹੁਣ ਗੱਲ ਕਰੀਏ, ਕਿੰਨਾ ਸਕੋਪ ਦੇਖਦੇ ਹੋ ਤੁਸੀਂ ਹਾਕੀ ਦੇ ਵਿੱਚ? ਸਾਨੂੰ ਸਭ ਤੋਂ ਜ਼ਿਆਦਾ ਵਰਕਆਊਟ ਗਰਾਸ ਰੂਟ 'ਤੇ ਕਰਨਾ ਪੈਣਾ। ਹੁਣ ਤਾਂ ਪ੍ਰੈਜੈਂਟਲੀ ਨੈਸ਼ਨਲ ਟੀਮ ਚੰਗਾ ਕਰ ਰਹੀ ਹੈ, ਬਟ ਕੁਸ਼ਚਨ ਇਹ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਇਕਲੌਤਾ ਇੱਕ ਮੈਂ ਕਹਾਂਗਾ ਕਿ ਈਵਨ ਹਰਿਆਣਾ, ਦਿੱਲੀ, ਯੂਪੀ, ਨੌਰਥ ਦੇ ਵਿੱਚ ਇੰਨਾ ਗਰਾਸ ਰੂਟ 'ਤੇ ਕੰਮ ਨਹੀਂ ਹੋ ਰਿਹਾ ਜਿੰਨਾ ਪੰਜਾਬ 'ਤੇ ਹੋਇਆ। ਚੰਗੀ ਗੌਰਮੈਂਟ ਹੁੰਦੀ ਆ, ਚੰਗੇ ਸਪੋਰਟਸ ਜਿਹੜੇ ਨੇ ਡਾਇਰੈਕਟਰ ਹੁੰਦੇ ਨੇ, ਸਪੋਰਟਸ ਮਿਨਿਸਟਰ ਹੁੰਦੇ ਨੇ, ਤਾਂ ਹੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਸੋ ਅਜੇ ਵੀ ਬਹੁਤ ਕੰਮ ਕਰਨ ਵਾਲਾ ਗਰਾਸ ਰੂਟ 'ਤੇ, ਕਿਉਂਕਿ ਜਿਹੜੇ ਯੰਗ ਕੋਚ ਨੇ, ਤੁਸੀਂ ਜਿੰਨੇ ਵੀ 60s, 70s, 80s ਦੇ ਜਿਹੜੇ ਮਤਲਬ ਪੁਰਾਣੇ ਬੰਦੇ ਨੇ, ਉਹਨਾਂ ਨੂੰ ਲੇਟੈਸਟ ਹੋਕੀ ਦੇ ਬਾਰੇ ਇੰਨਾ ਨਹੀਂ ਪਤਾ। ਦੇ ਆਰ ਉਹ ਉਸ ਟਾਈਮ ਦੇ ਲੀਜੈਂਡ ਸੀ, ਹੁਣ ਵੀ ਲੀਜੈਂਡ ਨੇ, ਬਟ ਲੇਟੈਸਟ ਜਿਹੜੀ ਹਾਕੀ ਆ, ਸਕਿੱਲਸ ਹੈ, ਉਹ ਲੇਟੈਸਟ ਪਲੇਅਰ ਹੀ ਜਾਣ ਸਕਦਾ। ਸੋ ਮੈਂ ਚਾਹੁੰਦਾ ਕਿ ਜਿੰਨੇ ਵੀ ਜਿਨ੍ਹਾਂ ਨੇ ਰੀਸੈਂਟਲੀ ਹਾਕੀ ਛੱਡੀ ਆ, ਉਹ ਸਾਹਮਣੇ ਆਉਣ, ਕੋਚਿੰਗ ਲੈਣ 'ਚ ਆਉਣ, ਅਤੇ ਗਰਾਸ ਰੂਟ ਦੇ ਉੱਤੇ ਪਲੇਅਰ ਤਿਆਰ ਕਰਨ, ਕਿਉਂਕਿ ਜਦੋਂ ਤੱਕ ਆਪਣਾ ਇੱਕ ਮਤਲਬ ਕਿਸੇ ਪੌਦਾ ਨਹੀਂ ਚੰਗਾ ਲਾਵਾਂਗੇ ਤਾਂ ਉਹ ਕਿੱਦਾਂ ਫਲ ਦੇ ਦੂਗਾ? ਕਿਉਂਕਿ ਐਜ਼ ਏ ਡਾਇਰੈਕਟ ਲਿਕਰ ਮੈਂ ਸੰਦੀਪ ਨੂੰ ਵੀ ਕੋਚਿੰਗ ਦਿੱਤੀ ਆ, ਹੋਰ ਵੀ ਬੱਚੇ ਛੋਟੇ ਦੇ ਰਿਹਾ। ਸਾਡੇ ਹੁਣ ਤੁਸੀਂ ਪਿੱਛੇ ਲੇਟੈਸਟ ਆਪਣੇ ਜਿੰਨੇ ਵੀ ਮੈਚ ਕੱਢ ਕੇ ਵੇਖ ਲਓ, ਸਾਡੀ ਡਰੈਕ ਫਲਿਕ 'ਤੇ ਬਹੁਤ ਘੱਟ ਗੋਲ ਹੋਇਆ ਸ਼ੋਰਟ ਕੋਰਨਰ 'ਤੇ ਆਪਣਾ। ਅਤੇ ਮੈਂ ਇਹ ਕਹਿੰਦਾ ਕਿ ਜੇ ਗਰਾਸ ਰੂਟ ਤੋਂ ਚੱਲਣਾ ਅਤੇ ਨਾਲ ਸਾਨੂੰ ਸਾਡੇ ਕੋਲ ਹੁਣ ਸ਼ੋਰਟ ਕੋਰਨਰ ਵਾਲੇ ਸਪੈਸ਼ਲਿਸਟ 1 ਜਾਂ 2 ਹੀ ਨੇ, ਸਾਡੇ ਕੋਲ ਘੱਟ ਤੋਂ ਘੱਟ ਵੀ ਇੱਕ ਟਾਈਮ 'ਚ 4 ਤੋਂ 5 ਡਰੈਕ ਫਲਿਕਰ ਹੋਣੇ ਚਾਹੀਦੇ ਨੇ, ਜਿਹੜਾ ਦੀ ਜਿਹੜੇ ਬਰਾਬਰ ਹੋਣ, ਤਾਂ ਕਿ ਮੰਨ ਲਓ ਕਿਸੇ ਨੂੰ ਇੰਜਰੀ ਹੋ ਜਾਵੇ, ਕਿਉਂਕਿ ਸੰਦੀਪ ਜੋ ਡਰੈਕ ਫਲਿਕਰ ਸੀ ਉਹ ਇਕੱਲਾ ਸੀ, ਜਦੋਂ ਇਹਨੂੰ ਇੰਜਰੀ ਹੋਈ ਸਾਡੇ ਦੇਸ਼ ਨੂੰ ਬਹੁਤ 4-5 ਸਾਲ ਲੱਗ ਗਏ। ਉਸ ਤੋਂ ਪਹਿਲਾਂ ਜੁਗਰਾਜ ਸਿੰਘ ਸੀ, ਉਹ ਵੀ ਬਹੁਤ ਚੰਗਾ ਡਰੈਕ ਫਲਿਕ ਸੀ, ਉਹਦੀ ਵੀ ਇੰਜਰੀ ਹੋਈ, ਉਸ ਤੋਂ ਬਾਅਦ ਸੰਦੀਪ ਨੂੰ ਡਿਵੈਲਪ ਕਰਦੇ ਕਰਦੇ ਇੰਡੀਆ ਨੂੰ 2 ਸਾਲ ਲੱਗ ਗਏ, ਫਿਰ ਸੰਦੀਪ ਨੇ ਚੰਗੀ ਸਰਵਿਸ ਦਿੱਤੀ, ਫਿਰ ਇਹਨੂੰ ਗੋਲੀ ਵੱਜ ਗਈ, ਇਹਨੇ ਫਿਰ ਦਿੱਤੀ ਸਰਵਿਸ, ਪਰ ਹੁਣ ਵੀ 4-5 ਹੈਗੇ ਆ, ਪਰ ਇੰਡੀਆ ਟੀਮ ਗੋਲ ਕੀਪਰ ਹੋ ਗਏ, ਡਰੈਕ ਫਲਿਕਰ ਹੋ ਗਏ, ਫਿਟਨੈਸ ਤਾਂ ਸਾਰਿਆਂ ਦੀ ਬਰਾਬਰ ਹੁੰਦੀ ਆ, ਪਰ ਜਿਹੜੇ ਇਹਨਾਂ ਦੇ ਕੈਂਪ ਨੇ ਨਾ, ਇਹ ਗਰਾਸ ਰੂਟ ਤੋਂ ਛੱਡ ਕੇ ਇਹ ਅਲੱਗ ਹੀ ਲੱਗਣੇ ਚਾਹੀਦੇ ਕਿ ਅੰਡਰ 12 ਤੋਂ ਸ਼ੁਰੂ ਹੋ ਜਾਂਦੇ, ਅੰਡਰ 14, ਅੰਡਰ 16, ਇਹ ਵੀ ਜ਼ਰੂਰੀ ਆ ਜੀ ਬੜਾ। ਹੁਣ ਬੈਕ ਟੂ ਬੈਕ ਫਿਲਮਾਂ ਵੀ ਆਈਆਂ ਇਸ ਸਾਲ ਦੇ ਵਿੱਚ, 4 ਫਿਲਮਾਂ ਹਾਕੀ 'ਤੇ ਆ ਗਈਆਂ, ਅਤੇ ਇਹਦਾ ਇੰਪੈਕਟ ਤੁਹਾਨੂੰ ਲੱਗਦਾ ਕਿ ਯੰਗ ਯੂਥ 'ਤੇ ਪਿਆ ਇਸ ਚੀਜ਼ ਦਾ? ਡੈਫੀਨੇਟਲੀ ਇਹਨਾਂ ਦੇ ਜਿਹੜੇ ਫੇਵਰੇਟ ਹੀਰੋ ਨੇ, ਭਾਵੇਂ ਰਣਜੀਤ ਬਾਵਾ ਹੋਵੇ, ਭਾਵੇਂ ਐਮੀ ਵਿਰਕ ਹੋਵੇ, ਦਲਜੀਤ ਭਾਅ ਜੀ ਹੋਣ ਜਾਂ ਅਕਸ਼ੇ ਕੁਮਾਰ ਹੋਵੇ, ਇਹ 4 ਦੀ ਬੈਕ ਟੂ ਬੈਕ ਫਿਲਮਾਂ ਆਈਆਂ ਨੇ। ਡਿਪੈਂਡ ਕਰਦਾ ਕਿ ਉਹ ਕਿਸ ਵੇ ਨਾਲ ਲੈਂਦੇ ਨੇ, ਬਟ ਪ੍ਰੈਕਟੀਕਲੀ ਚੀਜ਼ਾਂ ਇਹ ਆ ਕਿ ਬੱਚੇ ਜਦੋਂ ਸਕਰੀਨ 'ਤੇ ਜਿਹੜੀ ਚੀਜ਼ ਦੇਖਦੇ ਨੇ ਉਹਨੂੰ ਕਰਦੇ ਨੇ, ਚਾਹੇ ਉਹ ਟੀਵੀ 'ਤੇ ਹੋਵੇ, ਭਾਵੇਂ ਉਹ ਫਿਲਮਾਂ 'ਚ ਹੋਵੇ। ਜੇ ਉਹ ਚੀਜ਼ਾਂ ਹੁਣ ਜਦੋਂ ਮਿਲਖਾ ਦੀ ਆਈ ਸੀ ਮੂਵੀ, ਅਤੇ ਭਾਅ ਜੀ ਦਾ ਬੇਟਾ ਜਿਹੜਾ ਹੈ ਉਹ ਹਮੇਸ਼ਾ ਕਹਿੰਦਾ ਸੀ ਮੈਂ ਵੀ ਭੱਜਣ ਜਾਣਾ, ਅਤੇ ਉਹ ਚੀਜ਼ਾਂ ਜਦੋਂ ਬੱਚਾ ਜਦੋਂ ਇਹ ਕਹਿਣ ਲੱਗ ਜਾਂਦਾ ਕਿ ਮੈਂ ਵੀ ਭੱਜਣ ਜਾਣਾ ਆ, ਉਹ ਕਿਤੇ ਨਾ ਕਿਤੇ ਇੰਪੈਕਟ ਪੈਂਦਾ। ਹੁਣ ਇਹ ਮੂਵੀਆਂ ਤੋਂ ਬਾਅਦ ਜਿੰਨੇ ਵੀ ਬੱਚੇ ਨੇ, ਸੂਰਮਾ ਦੀ ਮੈਂ ਗੱਲ ਤੁਹਾਨੂੰ ਦੱਸ ਦਿੰਦਾ, ਸੂਰਮਾ ਤੋਂ ਬਾਅਦ ਮੈਨੂੰ ਕਈ ਇੱਦਾਂ ਦੇ ਮੈਸੇਜਸ ਆ ਰਹੇ ਨੇ, ਉਹ ਬੱਚੇ ਥੋੜ੍ਹੀ ਜਿਹੀ ਸੱਟ ਵੱਜੇ ਅਤੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਸੂਰਮਾ, ਸਾਨੂੰ ਦਰਦ ਨਹੀਂ ਹੁੰਦਾ। ਸੋ ਇੱਦਾਂ ਦਾ ਇੰਪੈਕਟ ਬਾਹਰ ਆ ਰਿਹਾ ਕਿ ਜਿਹੜਾ ਤੁਸੀਂ ਮੈਸੇਜ ਮੂਵੀ 'ਚ ਦਿਖਾਉਣਾ ਚਾਹੋਗੇ ਉਹ ਬੱਚੇ ਉਸ ਚੀਜ਼ ਸਿੱਖ। ਔਰ ਮੂਵੀ ਤੋਂ ਬਾਅਦ ਹੁਣ ਸਕੂਲਾਂ 'ਚ ਹਾਕੀ ਦੁਬਾਰਾ ਸ਼ੁਰੂ ਹੋ ਗਈ ਹੈ, ਹਾਕੀ ਦਾ ਕਰੇਜ਼
ਇਹਨੂੰ ਯੂ ਸਰਟੀਫਿਕੇਟ ਮਿਲਿਆ ਸੀ ਜਿਹੜੇ ਛੋਟੇ ਬੱਚੇ ਵੇਖਣ ਜਾ ਸਕਦੇ ਸੀ ਅਤੇ ਸਕੂਲਾਂ ਦੇ ਬੱਚਿਆਂ ਦਾ ਬੰਚ ਦਾ ਬੰਚ ਇਹਨਾਂ ਨੇ ਸਕੂਲ ਵਾਲਿਆਂ ਨੇ ਵੇਖਣ ਭੇਜਿਆ ਅਤੇ ਉਹ ਬੱਚਿਆਂ 'ਤੇ ਬਹੁਤ ਇੰਪੈਕਟ ਪਿਆ ਕਿਉਂਕਿ ਬਾਗ ਮਿਲਖਾ ਬਾਗ ਵਾਰੀ ਵੀ ਬੱਚਿਆਂ ਨੇ ਆਪਣੇ ਮੰਮੀ ਡੈਡਾ ਵੇਖ ਲਈ ਹੋਏਗੀ ਜਾਂ ਮੂਵੀ ਟੀ ਵੀ 'ਤੇ ਦੇਖੀ ਹੋਏਗੀ ਪਰ ਜਦੋਂ ਇਹ ਮੂਵੀ ਸਾਡੀ ਹੁਣ ਸਕਰੀਨ 'ਤੇ ਚੱਲ ਰਹੀ ਸੀ ਉਦੋਂ ਬੱਚਿਆਂ ਨੂੰ ਸਕੂਲ ਵਾਲੇ ਆਪ ਵਿਖਾਈ ਆ ਅਤੇ ਉਹਦੇ ਨਾਲ ਹੋਕੀ ਦੀ ਗਰੋਅ ਪਈ ਆ ਹੁਣ ਮੈਨੂੰ ਵੀ ਕਈ ਮੈਸੇਜ ਆਉਂਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਹੋਕੀ ਪਾਉਣਾ ਸਹੀ ਏਜ ਕੀ ਆ ਸਹੀ ਟਾਈਮ ਕੀ ਆ ਅਤੇ ਉਹਨਾਂ ਬੜਾ ਫਰਕ ਪੈਂਦਾ ਕਿ ਬੱਚੇ ਖੇਡਣਗੇ ਜ਼ਿਆਦਾ ਬੱਚੇ ਖੇਡਣਗੇ ਤਾਂ ਜ਼ਰੂਰ ਆਪਣਾ ਦੇਸ਼ ਹੋਰ ਹਾਕੀ 'ਚ ਉੱਤੇ ਹੋਏਗਾ। ਸੰਦੀਪ ਜੀ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ ਟਾਈਮ 'ਚ ਟੀਮ ਇੰਡੀਆ ਦੇ ਵੱਲੋਂ ਕਿਹੜੇ ਉੱਭਰਦੇ ਹੋਏ ਸਿਤਾਰੇ ਦੇਖਣ ਨੂੰ ਮਿਲਣਗੇ, ਕਿਹੜੇ ਚਿਹਰੇ ਨੇ? ਆਫਟਰ ਸਰਦਾਰ ਸਿੰਘ ਮੇਰੇ ਹਿਸਾਬ ਨਾਲ ਕਾਫ਼ੀ ਪਲੇਅਰ ਨੇ, ਮੈਂ ਪਰਟੀਕੁਲਰ ਨਾਮ ਵੀ ਨਹੀਂ ਕਹਿ ਸਕਦਾ ਕਿਸੇ ਦਾ, ਮਨਪ੍ਰੀਤ ਆ, ਮਨਦੀਪ ਆ, ਆਕਾਸ਼ਦੀਪ ਆ, ਮੁੰਡਾ ਗੁਰਜੰਟ ਸਿੰਘ ਹੈਗਾ ਆ, ਜੇ ਫੋਰਵਰਡ ਲਾਈਨ ਦੀ ਗੱਲ ਕਰੀਏ ਤਾਂ ਰਮਨਦੀਪ ਆ, ਸੋ ਇਹ ਯੰਗਸਟਰਸ ਪਲੇਅਰ ਨੇ। ਜੇ ਪੁਰਾਣੇ ਪਲੇਅਰ ਦੀ ਗੱਲ ਕਰੀਏ ਤਾਂ ਐਸ ਵੀ ਸੁਨੀਲ ਆ ਜਿਹੜਾ ਫੋਰਵਰਡ ਲਾਈਨ ਦੇ ਵਿੱਚ ਹੈਗਾ ਆ, ਡਿਫੈਂਸ 'ਚ ਸ਼੍ਰੀ ਜੇਸ਼ ਗੋਲਕੀਪਰ ਆ, ਸੋ ਬਰਿੰਦਰ ਲਾਕਰਾ, ਅਤੇ ਇੱਦਾਂ ਦੇ ਪਲੇਅਰ ਨੇ, ਕੌਂਬੋ ਹੈਗਾ ਇਸ ਟਾਈਮ ਪੂਰਾ ਵਧੀਆ। ਬਟ ਇਹ ਹੈ ਕਿ ਐਂਡ ਆਫ ਦ ਡੇ ਮੈਂ ਤਾਂ ਹਮੇਸ਼ਾ ਇਹੀ ਆਰਟੀਕਲ 'ਚ ਵੀ ਪਹਿਲਾਂ ਵੀ ਦਿੰਦਾ ਰਿਹਾ ਮੀਡੀਆ ਦੇ ਵਿੱਚ ਕਿ ਇਹਨਾਂ ਨੂੰ ਹਰ ਸਾਈਡ ਦੇ ਤਿੰਨ ਤਿੰਨ ਪਲੇਅਰ ਰੱਖਣੇ ਆ, ਅਤੇ ਤਿੰਨੋ ਪਲੇਅਰ ਇੱਦਾਂ ਦੇ ਹੋਣ ਕਿ ਜੇ 21 ਵਾਲਾ ਨੂੰ ਇੰਜਰੀ ਹੋਈ ਆ ਅਤੇ ਉਹ 21 ਤੋਂ ਬਾਅਦ ਸਿੱਧਾ 17 'ਤੇ ਨਾ ਕੇ ਡਿੱਗੇ ਦੂਸਰਾ ਪਲੇਅਰ, ਉਹ ਘੱਟੋ ਘੱਟ 20 ਨੂੰ ਟੱਚ ਕਰੇ ਤਾਂ ਹੀ ਉਹਦੀ ਰਿਪਲੇਸਮੈਂਟ ਹੋਣੀ ਆ। ਸੋ ਇਹ ਚੀਜ਼ਾਂ ਦੇ ਬਾਰੇ ਸਾਨੂੰ ਸੀਰੀਅਸ ਲੈਣਾ ਪੈਣਾ, ਕਿਉਂਕਿ ਮੈਂ ਖੁਦ ਦੇਖਿਆ ਜਦੋਂ ਮੈਨੂੰ ਵੀ ਇੰਜਰੀ ਹੋਈ ਆ, ਜਾਂ ਜੁਗਰਾਜ ਭਾਅ ਜੀ ਨੂੰ ਇੰਜਰੀ ਹੋਈ ਸੀ, ਜਾਂ ਗੋਲਕੀਪਰ ਬਲਜੀਤ ਸਿੰਘ ਸੀ, ਜਾਂ ਹੁਣ ਪਿੱਛੇ ਜੇ ਸ਼੍ਰੀਜੇਸ਼ ਗੋਲਕੀਪਰ ਨੂੰ ਇੰਜਰੀ ਹੋਈ ਆ, ਸੋ ਇੱਦਾਂ ਦੀ ਇੰਜਰੀਆਂ ਜਦੋਂ ਆਉਂਦੀਆਂ ਨਾ ਉਦੋਂ ਬੈਕਅਪ ਦਾ ਸਾਡੇ ਕੋਲ ਬੈਕਅਪ ਨਹੀਂ ਹੁੰਦਾ, ਉਹ ਬੈਕਅਪ ਹੋਣਾ ਬਹੁਤ ਜ਼ਰੂਰੀ ਆ। ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਟੂਰਨਾਮੈਂਟ ਜਿੱਤ ਕੇ ਆਉਂਦੇ ਹਾਂ, ਜੇ ਆਪਾਂ ਹਰਿਆਣੇ ਵੱਲੋਂ ਆ, ਪੰਜਾਬ ਵੱਲੋਂ ਆ, ਰਾਜਸਥਾਨ ਵੱਲੋਂ, ਕਿਤੋਂ ਵੀ ਆ, ਅਤੇ ਸਰਕਾਰ ਦੇ ਵੱਲੋਂ ਨਵਾਜ਼ਿਆ ਜਾਂਦਾ ਇੱਕ ਅਮਾਊਂਟ ਦੇ ਨਾਲ, ਕਿਤੇ ਵੱਧ ਅਤੇ ਕਿਤੇ ਘੱਟ, ਸੋ ਬੱਚਿਆਂ ਨੂੰ ਕਿਤੇ ਨਾ ਕਿਤੇ ਆਉਂਦਾ ਯਾਰ ਉਹ ਸਟੇਟ 'ਚ ਹੁੰਦਾ ਮੈਂ ਅਤੇ ਜ਼ਿਆਦਾ ਪੈਸੇ ਮਿਲ ਜਾਂਦੇ। ਇੱਕ ਯੂਨੀਫਾਰਮ ਪੋਲਿਸੀ ਹੋਣੀ ਚਾਹੀਦੀ ਹੈ ਹਰ ਸਟੇਟ। ਐਕਚੁਅਲੀ ਸੈਂਟਰ ਗਵਰਨਮੈਂਟ ਦਾ ਤਾਂ ਹੈਗਾ ਹੀ ਆ, ਉਹ ਕਰਦੇ ਹੀ ਨੇ, ਬਟ ਹਰ ਸਟੇਟ ਗਵਰਨਮੈਂਟ ਦੇ ਉੱਤੇ ਡਿਪੈਂਡ ਆ ਕਿ ਗਵਰਨਮੈਂਟ ਕਿੱਦਾਂ ਦੀ ਆ, ਉਹ ਸਪੋਰਟਸ ਨੂੰ ਕਿੰਨਾ ਕੁ ਸੀਰੀਅਸ ਲੈਂਦੀ ਆ। ਅਤੇ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤਾਂ ਉਹ ਸਪੋਰਟਸ ਨੂੰ ਕਾਫ਼ੀ ਸੀਰੀਅਸ ਲੈ ਰਹੀ ਆ, ਸਟੇਟ ਗਵਰਨਮੈਂਟਸ ਵੀ ਕਾਫ਼ੀ ਸੀਰੀਅਸ ਲੈ ਰਹੇ ਨੇ, ਭਾਵੇਂ ਹਰਿਆਣਾ ਹੋਵੇ, ਪੰਜਾਬ ਹੋਵੇ, ਜਾਂ ਦਿੱਲੀ ਦੀ ਗਵਰਨਮੈਂਟ ਆ, ਚਾਹੇ ਉਹ ਤੁਸੀਂ ਗੁਜਰਾਤ ਦੀ ਲੈ ਲਓ, ਚਾਹੇ ਤੁਸੀਂ ਇੱਧਰ ਦੀ ਲੈ ਲਓ, ਉੜੀਸਾ ਦੀ ਲੈ ਲਓ, ਤੁਸੀਂ ਝਾਰਖੰਡ ਦੀ ਲੈ ਲਓ, ਮਹਾਰਾਸ਼ਟਰ ਦੀ, ਇਹ ਮਤਲਬ ਇਟਸ ਦੇ ਆਰ ਆਲ ਆਰ ਬਿਹਾਈਂਡ ਸਪੋਰਟਸ, ਉਹ ਸਪੋਰਟਸ ਦੇ ਪਿੱਛੇ ਨੇ ਕਿ ਤੁਸੀਂ ਕਰੋ, ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਖੜ੍ਹੇ ਹਾਂ। ਹੁਣ ਉੜੀਸਾ ਗਵਰਨਮੈਂਟ ਹਾਕੀ ਇੰਡੀਆ ਨੂੰ ਸਪੋਂਸਰ ਕਰ ਰਹੀ ਹੈ, ਉੜੀਸਾ ਗਵਰਨਮੈਂਟ ਵਰਲਡ ਕੱਪ ਕਰਾ ਰਹੀ ਹੈ ਇੰਡੀਆ ਦੇ ਵਿੱਚ, ਸੋ ਉਹ ਇੱਦਾਂ ਦੀ ਗਵਰਨਮੈਂਟ ਹੈ, ਉਹ ਕਹਿੰਦੀ ਹੈ ਕਿ ਤੁਸੀਂ ਕੁਛ ਵੀ ਕਰੋ, ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ, ਅਸੀਂ ਤਾਂ ਮਤਲਬ ਪੈਸੇ ਲੈ ਕੇ ਖੜ੍ਹੇ ਹਾਂ, ਤੁਸੀਂ ਕਰਕੇ ਦਿਖਾਓ ਕੁਛ। ਸੋ ਐਵੇਂ ਦੀਆਂ ਗਵਰਨਮੈਂਟਸ ਹੋਰ, ਜੇ 2-4 ਗਵਰਨਮੈਂਟਸ ਹੋਰ ਸਾਹਮਣੇ ਆ ਗਈਆਂ, ਮੈਨੂੰ ਨਹੀਂ ਲੱਗਦਾ ਕਿ ਇਹ ਕ੍ਰਿਕਟ ਤੋਂ ਇਲਾਵਾ ਮਤਲਬ ਕ੍ਰਿਕਟ ਦੇ ਨਾਲ ਕੋਈ ਹੋਰ ਮਤਲਬ ਉਹਨਾਂ ਦੇ ਲੈਵਲ ਦੀਆਂ ਗੇਮਾਂ ਆ ਜਾਣਗੀਆਂ, ਭਾਵੇਂ ਹਾਕੀ ਹੋਵੇ, ਭਾਵੇਂ ਫੁੱਟਬਾਲ ਹੋਵੇ, ਭਾਵੇਂ ਰੈਸਲਰ ਹੋਣ, ਸੋ ਇਹ ਚੀਜ਼ਾਂ ਬਰਾਬਰ ਆ ਜਾਣਗੀਆਂ ਜੇ ਇੱਦਾਂ ਦੀਆਂ 2-4 ਗਵਰਨਮੈਂਟ ਹੋਰ ਆ। ਜਾਂ ਫਿਰ ਸੈਂਟਰ ਵਾਲੇ ਇਹ ਕਰ ਸਕਦੇ ਆ ਕਿ ਜਿਹੜੀ ਸਪੋਰਟਸ ਪੋਲਸੀ ਨੇ ਉਹ ਸਾਰੇ ਇੰਡੀਆ ਦੀ ਇੱਕ ਹੋਵੇ, ਜੇ ਹਰਿਆਣੇ ਦੀ ਜਿਹੜੀ ਸਪੋਰਟਸ ਪੋਲਸੀ ਆ ਉਹੀ ਪੰਜਾਬ ਦੀ ਹੋਏਗੀ, ਉਹੀ ਹਿਮਾਚਲ ਦੀ ਹੋਏਗੀ, ਉਹਦੇ ਨਾਲ ਫਰਕ ਪੈਂਦਾ, ਕਿਉਂਕਿ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜੇ ਜਿਵੇਂ ਹਰਿਆਣੇ ਦੀ ਮਨੀ ਪ੍ਰਾਈਜ਼ ਜ਼ਿਆਦਾ, ਪੰਜਾਬ ਦਾ ਘੱਟ ਆ, ਤੇ ਫਿਰ ਇੱਕ ਬੱਚਾ ਕਹਿੰਦਾ ਕਿ ਮੈਂ ਪੰਜਾਬ ਵੱਲੋਂ ਕਿਉਂ ਖੇਡਾਂ, ਮੈਂ ਹਰਿਆਣੇ ਵੱਲੋਂ ਕਿਉਂ ਖੇਡਾਂ, ਉਹ ਸਾਰਾ ਦੇਸ਼ ਤਾਂ ਇੱਕ ਹੀ ਆ, ਤੇ ਉਹ ਇੱਕ ਹੋਣਾ ਚਾਹੀਦੀ, ਸਪੋਰਟਸ ਪੋਲਿਸੀ ਤਾਂ ਇੱਕ ਹੋਣੀ ਚਾਹੀਦੀ, ਸਪੋਰਟਸ ਪੋਲਿਸੀ ਇੱਕ ਹੋਣੀ ਚਾਹੀਦੀ ਹੈ, ਸੈਂਟਰ ਗਵਰਨਮੈਂਟ ਦੀ ਅੱਡ ਹੋਵੇ, ਬਟ ਪੈਨ ਇੰਡੀਆ ਅੱਡ ਹੋਵੇ। ਅਕਸਰ ਦੇਖਿਆ ਗਿਆ ਇਹ ਕਿ ਜਿਹੜਾ ਕ੍ਰਿਕਟਰ ਜੇ ਆਉਂਦਾ ਆਈਦਰ ਬੋਲਰ ਔਰ ਬੈਟਸਮੈਨ, ਹਾਕੀ ਪਲੇਅਰ ਦੇ ਨਾਲੋਂ ਜਲਦੀ ਅਮੀਰ ਹੋ ਜਾਂਦਾ ਵਾ, ਆਈਦਰ ਜੇ ਹਾਕੀ ਪਲੇਅਰ ਨੂੰ ਕਿੰਨੇ ਹੀ ਸਾਲ ਹੋ ਗਏ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਤਾਂ ਦੱਸ ਦਿੰਦਾ, ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਮੈਂ ਕ੍ਰਿਕਟ ਵਾਲੇ ਮੇਰੇ ਕਾਫੀ ਫਰੈਂਡਸ ਨੇ, ਮੈਂ ਉਹਨਾਂ ਦੇ ਅਗੇਂਸਟ ਨਹੀਂ, ਬਟ ਮੈਂ ਹਮੇਸ਼ਾ ਇੱਕ ਚੀਜ਼ ਕਹਿੰਦਾ ਕਿ ਕ੍ਰਿਕਟ ਵਾਲੇ ਕਦੀ ਓਲੰਪੀਅਨ ਨਹੀਂ ਬਣ ਸਕਦੇ, ਫਸਟ ਥਿੰਗ। ਸੈਕਿੰਡ ਥਿੰਗ ਕਿਹਾ ਕਿ ਕ੍ਰਿਕਟ ਜਿਹੜੀ ਆ ਗੇਮ ਉਹ ਅੰਡਰ BCCI ਆ, ਉਹ BCCI ਲਿਖਦੇ ਆ, ਉਹ ਇੰਡੀਆ ਨਹੀਂ ਲਿਖਦੇ, ਉਹ ਟੀਮ ਇੰਡੀਆ ਲਿਖਦੇ ਆ, ਠੀਕ ਹੈ। ਜਿਹੜਾ ਇੰਡੀਆ ਪ੍ਰੋਪਰ ਇੰਡੀਆ ਹੈ ਉਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਅੰਡਰ ਆਉਂਦਾ ਆ, ਠੀਕ ਹੈ। ਤੁਸੀਂ ਸੈਂਟਰ ਗਵਰਨਮੈਂਟ ਦਾ ਦੇਖ ਲਓ, ਉਹ ਸਾਰਿਆਂ ਦਾ ਉਹਦੇ ਅੰਡਰ BCCI ਜਿਹੜੀ ਆ ਉਹ ਪ੍ਰਾਈਵੇਟ ਸੰਸਥਾ ਆ, ਪ੍ਰਾਈਵੇਟ ਸੰਸਥਾ ਹਮੇਸ਼ਾ ਟੀਮ ਇੰਡੀਆ ਲਿਖਦੀ ਆ, ਇੰਡੀਅਨ ਟੀਮ ਨਹੀਂ ਕਹਿ ਸਕਦੇ ਹੋ, ਜਿਵੇਂ ਕਹਿ ਦਿਓ ਕਿ ਹਾਕੀ ਦੀ ਨੈਸ਼ਨਲ ਟੀਮ ਆ, ਠੀਕ ਆ, ਉਹਨੂੰ ਕਹਿਣਗੇ ਕ੍ਰਿਕਟ ਦੀ ਟੀਮ ਇੰਡੀਆ, ਉਹ ਨੈਸ਼ਨਲ ਦੀ ਟੀਮ ਨਹੀਂ ਕਹਿਲਾਏਗੀ, ਕਿਉਂਕਿ ਉਹ BCCI ਇੱਕ ਪ੍ਰਾਈਵੇਟ ਸੰਸਥਾ ਦੇ ਅੰਡਰ ਆ। ਉਹਨਾਂ ਦੇ ਤੁਸੀਂ ਉਹਦੇ ਵੀ ਦੇਖੋ ਤਾਂ ਉਹਨਾਂ ਨੇ BCCI ਉੱਤੇ ਲਿਖਿਆ ਹੁੰਦਾ, ਇੰਡੀਆ ਛੋਟਾ ਜਿਹਾ ਥੱਲੇ ਲਿਖਿਆ ਹੁੰਦਾ।
ਸਾਡੇ ਉੱਤੇ ਹਮੇਸ਼ਾ ਪਹਿਲਾਂ ਇੰਡੀਆ ਆਉਂਦਾ। ਤੁਸੀਂ ਕਿਹਾ ਓਲੰਪੀਅਨ ਨਹੀਂ ਬਣ ਸਕਦੇ, ਪਰ ਅਜਿਹਾ ਕੀ ਕਰਨਗੇ ਓਲੰਪੀਅਨ ਬਣ ਜਾਣ? ਸੈਲਰੀ ਬਹੁਤ ਘੱਟ ਹੁੰਦੀ ਹੈ ਜੀ, ਫਿਰ ਵੀ ਉਹ ਸਾਡੇ ਦੇਸ਼ ਲਈ ਲੜ ਰਿਹਾ ਨਾ। ਇਸ ਵਾਸਤੇ ਜ਼ਰੂਰੀ ਨਹੀਂ ਕਿ ਕ੍ਰਿਕਟ ਤੋਂ ਅਸੀਂ ਅਮੀਰ ਹੀ ਹੋਣਾ, ਹਰ ਬੰਦੇ ਦਾ ਜਨੂੰਨ ਇਹ ਨਹੀਂ ਹੈ ਕਿ ਮੈਂ ਪੈਸਾ ਕਮਾਉਣਾ, ਜਨੂੰਨ ਸਾਡੇ ਅੰਦਰ ਇਹ ਹੁੰਦਾ ਕਿ ਅਸੀਂ ਆਪਣੇ ਦੇਸ਼ ਦਾ ਝੰਡਾ ਉੱਤੇ ਕਰਨਾ, ਪੈਸਾ ਜਨੂੰਨ ਨਹੀਂ ਹੁੰਦਾ ਪਲੇਅਰ ਦਾ। ਹੁਣ ਜੇ ਪੈਸਾ ਜਨੂੰਨ ਹੁੰਦਾ ਤਾਂ ਫਿਰ ਤਾਂ ਮੈਂ ਹਾਕੀ ਵਾਸਤੇ ਤਾਂ ਖੜਾ ਹੀ ਨਾ ਹੁੰਦਾ। ਗੋਲੀ ਵੱਜਣ ਤੋਂ ਬਾਅਦ ਨਾ ਤਾਂ ਉਦੋਂ ਪੈਸਾ ਮਿਲਦਾ ਸੀ, ਜਦੋਂ ਗੋਲੀ ਵੱਜੀ ਉਦੋਂ ਵੀ ਨਹੀਂ ਮਿਲਿਆ, ਜਦੋਂ ਗੋਲੀ ਵੱਜਣ ਤੋਂ ਬਾਅਦ ਵੀ ਨਹੀਂ ਮਿਲਿਆ। ਜਿਹੜੀਆਂ ਪਾਲਿਸੀਆਂ ਆਈਆਂ ਸਪੋਰਟਸ 'ਚ ਤਾਂ ਹੁਣ ਆਈਆਂ, ਪਹਿਲਾਂ ਮੈਨੂੰ, ਮੈਂ ਤੁਹਾਨੂੰ ਪ੍ਰੈਕਟੀਕਲ ਦੱਸ ਦਿੰਦਾ, ਮੈਨੂੰ ਓਪਰੇਸ਼ਨ ਦਾ ਮੈਂ ਪੈਸਾ ਹਰਿਆਣਾ ਗਵਰਨਮੈਂਟ ਨੇ ਦਿੱਤਾ ਸੀ, ਮੈਨੂੰ ਬਾਹਰ ਭੇਜਣ ਲਈ ਸਿਰਫ ਫਲਾਈਟ ਦਾ ਪੈਸਾ ਸੀ, ਬਾਕੀ ਖਰਚਾ ਤਾਂ ਮੈਂ ਆਪ ਕੀਤਾ। ਕੋਈ ਨਾਰਾਜ਼ਗੀ ਹੈ ਇਸ ਗੱਲ ਤੇ ਉਹਨਾਂ ਨੂੰ? ਨਹੀਂ, ਮੈਨੂੰ, ਮੈਂ ਬਚ ਗਿਆ ਨਹੀਂ ਬੜਾ ਜੀ। ਚਲੋ ਹੁਣ ਜਾਣ ਤੋਂ ਪਹਿਲਾਂ ਇੱਕ ਗੇਮ ਖੇਡਦੇ ਆ, ਤੁਸੀਂ ਗੋਲ ਬਹੁਤ ਕੀਤੇ ਆ, ਫਲਿੱਕਰ ਸਿੰਘ ਰਹੇ ਹੋ, ਇੱਕ ਟੰਗ ਟਵਿਸਟਰ ਤੁਹਾਨੂੰ ਬੋਲਾਂਗਾ, ਉਹ ਤੁਸੀਂ 5 ਵਾਰ ਬੋਲਣਾ ਲਗਾਤਾਰ। ਟੰਗ ਟਵਿਸਟ ਗੋਲ ਨਾ ਸੁਣਿਓ, ਚੱਕੜ ਪੁੰਜ ਚੱਕ ਚੱਕੜ ਪੂੰਜੀਆਂ, ਚੁੱਕ ਚੁੱਕ ਟੁੱਕ ਟੁੱਕ ਚੱਕੜ ਪੂੰਜੀਆਂ, ਇੰਨਾ ਕੁ ਗੋਲ ਕਰਨਾ ਤੁਸੀਂ ਪਹਿਲਾਂ ਬੋਲੋ। ਪੰਜ ਦੇਖੋ, ਚੱਕੜ ਪੁੰਜ ਚੱਕ ਚੱਕੜ ਪੂੰਜੀਆਂ, ਚੁੱਕ ਚੁੱਕ ਟੁੱਕ ਟੁੱਕ, ਇਹ ਆਪਣਾ ਫੇਵਰ ਦੱਸ ਰਿਹਾ। ਚਲੋ ਦੂਜਾ ਦੱਸ ਦਿੰਦਾ, ਦੂਜਾ ਦੇ ਦਿੰਦਾ, ਝਟਪਟ ਝਟਪਟ ਖਟਪਟ ਖੜਾਟੇ, ਖਟਪਟ ਖੜਾਟੇ ਝਟਪਟ ਝਟਪਟ, ਉਹ ਪਹਿਲਾਂ ਡਿੱਗ ਜੀ ਭਾਜੀ। ਵੈਸੇ ਮੈਂ ਗਿਵ ਅਪ ਨਹੀਂ ਕਰਦਾ, ਪਰ ਇਹ ਚ ਮੈਂ ਗਿਵ ਅਪ ਕਰ ਦਿੰਦਾ। ਚਲੋ ਪੰਜ ਨਹੀਂ, ਤਿੰਨ ਵਾਰੀ ਟਰਾਈ ਕਰ ਭਾਈ, ਕਰ ਤਿੰਨ ਵਾਰੀ, ਕੀ ਮੈਨੂੰ ਬੋਲੋ ਮੈਂ ਕਰਦਾ। ਚਲੋ ਤੁਸੀਂ ਕਰੋ, ਚੱਕੜ ਪੁੰਜ ਚੱਕ ਚੱਕੜ ਪੁੰਜੀਆਂ, ਫਲਿੱਕਰ ਸਿੰਘ ਹੋ ਤਾਂ ਇੱਕ ਫਲਿੱਕ ਤੇ ਇੱਥੇ ਬੰਦਾ, ਚੱਕੜ ਪੁੰਜ ਚੱਕ ਚੱਕੜ ਪੂੰਜੀਆਂ, ਚੁੱਕ ਚੁੱਕ ਟੁੱਕ ਟੁੱਕ ਚੱਕੜ ਪੂੰਜੀਆਂ। ਮੈਨੂੰ ਤਾਂ ਯਾਦ ਹੀ ਨਹੀਂ ਰਿਹਾ। ਧਨਰਾਜ ਪਿੱਲੇ। ਫੇਵਰੇਟ ਸਪੋਰਟਸਮੈਨ? ਸਪੋਰਟਸਮੈਨ ਸਚਿਨ। ਫੇਵਰੇਟ ਫੂਡ? ਚਿਕਨ ਦਾਲ ਰੋਟੀ। ਜੇ ਤੁਸੀਂ ਹਾਕੀ ਪਲੇਅਰ ਨਾ ਹੁੰਦੇ ਤਾਂ ਕੀ ਹੁੰਦੇ ਅੱਜ? ਮੈਂ ਕੁਛ ਵੀ ਨਹੀਂ ਸੀ ਹੋਣਾ। ਨਹੀਂ, ਕੁਛ ਹੋਰ ਕੋਈ ਪ੍ਰੋਫੈਸ਼ਨ ਜਾਂ ਜਿਹਦੇ 'ਚ ਇੰਟਰਸਟ ਹੋਵੇ? ਡਾਕਟਰ, ਪਾਇਲਟ। ਪਾਇਲਟ। ਪਟਿਆਲਾ ਪੈਗ ਔਰ ਪਟਿਆਲਾ ਪੱਗ? ਪਟਿਆਲਾ ਪੱਗ। ਪੱਗ ਪਰ ਆਪਾਂ ਚਾਹ ਦੇ ਪੁੱਛੇ ਆ। ਲਾਸਟ। ਓਕੇ, ਸੰਦੀਪ ਸਿੰਘ ਦਾ ਰੋਲ ਜੇ ਦਿਲਜੀਤ ਦੋਸਾਂਝ ਨਾ ਕਰਦਾ ਤੇ ਕੌਣ ਕਰਦਾ? ਰਣਵੀਰ ਸਿੰਘ। ਸੰਦੀਪ ਗੋਦ ਕਰਾਂਦੇ। ਮੈਂ ਆਪ ਨਹੀਂ ਕਹਿੰਦਾ ਨਾ। ਰਣਜੀਤ ਬਾਵਾ ਔਰ ਦਿਲਜੀਤ ਦੋਸਾਂਝ? ਦਿਲਜੀਤ ਦੋਸਾਂਝ। ਰਣਜੀਤ ਬਾਵਾ ਔਰ ਦਿਲਜੀਤ ਦੋਸਾਂਝ, ਤੁਸੀਂ ਦੋਨਾਂ ਨੂੰ ਟ੍ਰੇਨਿੰਗ ਦਿੱਤੀ ਹੈ? ਨਹੀਂ, ਮੈਂ ਇਸ ਚੀਜ਼ 'ਚ ਜਵਾਬ ਨਹੀਂ ਦਾਂਗਾ, ਦੋਵੇਂ ਮੇਰੇ ਦੋਸਤ ਆ। ਓਕੇ, ਇਹ ਤੁਸੀਂ ਮੈਨੂੰ ਕੰਟਰੋਵਰਸੀ 'ਚ ਪਾ ਦੋਗੇ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਨਾਲ ਗੱਲਬਾਤ ਕਰਕੇ ਰਾਬਤਾ ਕਰਕੇ ਚੰਗਾ ਲੱਗਾ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ। ਦੈਨਿਕ ਸਵੇਰਾ ਦੇ ਸਾਰੇ ਸਾਥੀਓ, ਸੁਣਦੇ ਰਹੋ, ਦੇਖਦੇ ਰਹੋ ਦੈਨਿਕ ਸਵੇਰਾ ਨੂੰ। ਆਈ ਰੀਅਲੀ ਲਵ ਇਟ, ਕਿਉਂਕਿ ਮੈਂ ਇਹਨਾਂ ਨੂੰ ਆਨਲਾਈਨ ਬਹੁਤ ਦੇਖਦਾ। ਫਿਲਹਾਲ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਉਮੀਦ ਕਰਦਾ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੋਵੇਗਾ। ਸਤਿ ਸ਼੍ਰੀ ਅਕਾਲ।